ਮਰ ਜਾਣੀ ਪਾਉਂਦੀ ਭੰਗੜਾ। ਓਹੋ ਹੋ, ਭੰਗੜਾ ਰੋਕਣਾ ਪੈਣਾ ਇੱਥੇ। ਹੁਣ ਗੇਮ ਸ਼ੁਰੂ ਹੋ ਚੁੱਕੀ ਹੈ ਤੇ ਇਹ ਗੇਮ ਹੈਗੀ ਆਪਣੀ ਫਾਈਟ ਓਵਰ ਪਾਵਰ ਐਗਜ਼ੀਕਿਊਟ ਵਰਸਸ ਈਵਲ ਮਾਈਂਡਸ। ਇਹ ਹੁਣ ਸਾਡੀ ਵੈਸਟ ਕੁਆਲੀਫਾਈ ਦੀ ਦੂਜੀ ਗੇਮ ਹੈ। ਇੱਥੇ ਬੰਬੇ ਦੀ ਟੀਮ ਹੈਗੀਆਂ ਨੇ, ਬੰਬੇ ਬੰਬੇ ਸਾਈਡ ਵਾਲੀ ਟੀਮਸ ਨੇ, ਬੰਬੇ, ਪੂਨੇ, ਗੋਆ ਸਾਈਡ ਦੀਆਂ। ਤੇ ਇਹਨਾਂ ਦਾ ਮੈਨੂੰ ਐਕਚੁਅਲੀ ਸਟੇਟਸ ਨਹੀਂ ਪਤਾ ਹੁਣੇ ਕੌਣ ਜਿੱਤ ਰਿਹਾ ਕਿੱਥੇ ਹੈ, ਪਰ ਅਨੂਪ ਹੈਗਾ ਸਾਡੇ ਨਾਲ, ਉਹ ਸਾਨੂੰ ਹੁਣ ਅਪਡੇਟ ਦੇਗਾ ਵੀ ਇਸ ਵੇਲੇ ਕੀ ਚੱਲ ਰਿਹਾ ਇਹਨਾਂ ਦਾ ਸਟੇਟਸ। ਅਨੂਪ, ਥੋੜ੍ਹਾ ਜਿਹਾ ਜੇ ਗੇਮ ਸ਼ੁਰੂ ਹੋਏਗੀ ਤਾਂ ਸਾਡੇ ਨਾਲ ਸਟੈਟਸ ਸ਼ੇਅਰ ਕਰ ਲਈ। ਤੇ ਐਬਰਡਨ ਤੇ ਬੈਟ ਰਾਈਡਰ ਸ਼ੁਰੂ 'ਚ ਹੀ ਬੈਨ ਦੋਵੇਂ। ਬੈਟ ਰਾਈਡਰ ਤੁਸੀਂ ਦੇਖਿਆ ਹੀ ਕਾਫ਼ੀ ਗਾਹ ਪਾ ਸਕਦਾ, ਜੇ ਇਹਨੂੰ ਤੁਸੀਂ ਥੋੜ੍ਹਾ ਜਿਹਾ ਥਾਂ ਦੇ ਦਿਓ ਤੇ ਬੈਟ ਰਾਈਡਰ ਕਾਫ਼ੀ ਐਡਵਾਂਟੇਜ ਲੈ ਸਕਦਾ। ਦੂਜੇ ਪਾਸੇ ਹੁਣ ਐਬਰਡਨ ਦਾ ਵੀ ਹੈ ਚੱਕਰ ਕਾਫ਼ੀ, ਕਿਉਂਕਿ ਉਹਦੀ ਜੋ ਸ਼ੀਲਡ ਹੈ ਉਹ ਸਾਰੇ ਡੀਬਫ ਰਿਮੂਵ ਕਰ ਦਿੰਦੀ ਹੈ, ਸਾਰੇ ਬਫ ਰਿਮੂਵ ਕਰ ਦਿੰਦੀ ਹੈ। ਆਊਟਵਰਲਡ ਡਿਵੋਰਰ ਅਸੀਂ ਆਲਮੋਸਟ, ਮੈਨੂੰ ਲੱਗਦਾ 100% ਗੇਮ 'ਚ ਦੇਖਿਆ ਕਿ ਬੈਨ ਹੁੰਦਾ ਹੀ ਹੁੰਦਾ। ਉਹਦਾ ਆਊਟਵਰਲਡ ਡਿਵੋਰਰ ਦਾ ਸੋ ਮਚ ਪਿਓਰ ਡੈਮੇਜ ਹੁੰਦਾ ਕਿ ਬਈ ਕੋਈ ਬੰਦਾ ਅੱਗੇ ਖੜਾ ਹੋਣਾ ਹੀ ਮੁਸ਼ਕਲ ਹੋ ਜਾਂਦਾ, ਅਤੇ ਇਸ ਵਾਸਤੇ ਆਊਟਵਰਲਡ ਡਿਵੋਰਰ ਵੀ ਬੈਨ ਹੁੰਦਾ ਹੀ ਹੁੰਦਾ ਹੈ ਓਡੀ। ਦੂਜੇ ਪਾਸੇ ਆਪਾਂ ਦੇਖਦੇ ਹਾਂ ਵਿਸਪ ਵੀ ਅਵੇਲੇਬਲ ਹੈਗੀ ਬੈਨ ਨੂੰ, ਡਾਰਕਸੀਅਰ ਬੈਨ ਕਰ ਸਕਦੇ ਨੇ, ਨਾਗਾ ਸਾਇਰਨ ਬੈਨ ਕਰ ਸਕਦੇ ਨੇ, ਨਿਕਸ ਅਸੈਸਿਨ ਬੈਨ ਕਰ ਸਕਦੇ ਨੇ, ਆਪਣਾ ਲਾਈਫ ਸਟਾਈਲ ਬੈਨ ਕਰ ਸਕਦੇ ਨੇ, ਬੜੀ ਚੀਜ਼ਾਂ ਨੇ। ਈਵਲ ਮਾਈਂਡ ਆਪਣਾ ਪੂਰਾ ਟਾਈਮ ਈਵਲ ਮਾਈਂਡ ਲਾ ਰਿਹਾ ਇਸ ਵੇਲੇ ਬੈਨ ਲਈ, ਅਤੇ ਹੁਣ ਦੇਖਦੇ ਹਾਂ ਇਹਨਾਂ ਦੇ ਵੱਲੋਂ ਕਿਹੜਾ ਬੈਨ ਆਉਂਦਾ। ਇਹਨਾਂ ਨੇ ਟਿੰਬਰਸੌ ਬੈਨ ਕਰਤਾ, ਟਿੰਬਰਸੌ ਬੈਨ ਥੋੜ੍ਹਾ ਇੰਨਾ ਨਹੀਂ ਦੇਖਿਆ ਦੇਖਣ ਨੂੰ ਮਿਲਦਾ, ਪਰ ਟਿੰਬਰਸੌ ਵੀ ਇੱਕ ਪੂਰੀ ਫੋਰਸ ਹੈ ਫਾਈਟ ਕਰਨ ਵਾਲੀ, ਇਹ ਵੀ ਪਿਓਰ ਡੈਮੇਜ ਕਰਤੀ ਜਦ ਇਹਦੇ ਪ੍ਰੋਕਸੀਮਿਟੀ 'ਚ ਜੇ ਟ੍ਰੀ ਹੋਣ ਅਤੇ ਇਹਦੇ ਜੋ ਨੋਰਮਲ ਨਿਊਕਸ ਹੈ ਉਹ ਪਿਓਰ ਡੈਮੇਜ ਨਿਊਕ ਹੋ ਜਾਂਦੇ ਨੇ, ਅਤੇ ਪਿਓਰ ਡੈਮੇਜ ਤਾਂ ਫਿਰ ਪਿਓਰ ਡੈਮੇਜ ਹੈ ਹੀ ਹੈ, ਅਤੇ ਉਹਨੇ ਤਾਂ ਹੈਲਥ ਪੂਰੀ ਚੱਕਣੀ ਹੈ। ਨਹੀਂ ਤਾਂ ਨੋਰਮਲ ਅਟੈਕਸ ਤੁਹਾਡੇ ਆਰਮਰ ਜਾਂ ਮੈਜਿਕ ਰੈਜ਼ਿਸਟੈਂਸ ਦੇ ਥਰੂ ਜਾਂਦੇ ਨੇ, ਪਰ ਪਿਓਰ ਡੈਮੇਜ ਸਿੱਧਾ ਐਚ ਪੀ ਚੱਕਦੇ ਮਾਰਦੇ ਨੇ ਬਾਹਰ। ਮਤਲਬ ਕਿ ਜੇ 150 ਦਾ ਪਿਓਰ ਡੈਮੇਜ ਦਾ ਨਿਊਕ ਹੈ ਤਾਂ 150 ਹੀ ਨਿਕਲੇਗਾ। ਨਾਗਾ ਸਾਇਰਨ ਜਿਵੇਂ ਮੈਂ ਕਿਹਾ ਸੀ ਬੈਨ ਵਾਸਤੇ ਅਵੇਲੇਬਲ ਹੈ, ਪਰ ਪਿੱਕ ਹੋ ਚੁੱਕੀ ਹੈ ਇਸ ਵੇਲੇ। FOE ਨੇ ਨਾਗਾ ਸਾਇਰਨ ਪਿੱਕ ਕਰ ਲਿਆ। ਸੌਂਗ ਆਫ ਦਾ ਸਾਇਰਨ ਇੱਕ ਡੋਟਾ ਦਾ ਸਾਰਿਆਂ ਤੋਂ ਵਧੀਆ ਸਪੈਲ ਹੈ, ਅਤੇ ਨਾਲੇ ਗਾਣਾ ਵੀ ਬਹੁਤ ਸੋਹਣਾ ਸੁਣਨ ਨੂੰ ਮਿਲਦਾ। ਆਪਾਂ ਥੋੜ੍ਹੇ ਫੈਨ ਹਾਂ ਪੰਜਾਬੀ ਸੌਂਗਸ ਦੇ ਵੀ, ਨਾਗਾ ਸਾਇਰਨ ਦੇ ਵੀ ਸੌਂਗ ਦੇ ਫੈਨ ਹਾਂ ਆਪਾਂ। ਦੂਜੇ ਪਾਸੇ ਈਵਲ ਮਾਈਂਡਸ ਕੋਲ ਹੁਣ ਦੋ ਪਿਕਸ ਨੇ, ਕੋਈ ਵੀ ਕੌਂਬੋ ਪਿੱਕ ਕਰ ਸਕਦੇ ਨੇ, ਕੋਈ ਵੀ ਦੋ ਹੀਰੋ ਪਿੱਕ ਕਰ ਸਕਦੇ, ਜਕੀਰੋ ਪਿੱਕ ਕਰ ਸਕਦੇ ਨੇ, ਡਾਰਕਸੀਅਰ ਪਿੱਕ ਕਰ ਸਕਦੇ ਨੇ, ਚੰਗੇ ਨੇ ਨਿਕਸ ਅਸੈਸਿਨ ਤੇ ਜਕੀਰੋ ਪਿੱਕ ਕਰ ਸਕਦੇ, ਬਹੁਤ ਚੰਗਾ ਸਪੋਰਟ ਕੌਂਬੋ ਹੁੰਦਾ ਇੱਥੇ। ਜਕੀਰੋ ਪਿੱਕ ਕਰ ਲਿਆ ਆਲਰੇਡੀ ਇਹਨਾਂ ਨੇ। ਜਕੀਰੋ ਦਾ ਆਈਸ ਪਾਥ ਬਹੁਤ ਵਧੀਆ ਇੱਕ ਸਕਿੱਲ ਹੈ, ਅਤੇ ਇਫ ਯੂਜ਼ਡ ਪ੍ਰੋਪਰਲੀ ਬਹੁਤ ਹੀ ਮਤਲਬ ਕਿ ਐਡਵਾਂਟੇਜ ਦੇ ਸਕਦਾ ਉਹਦੀ ਟੀਮ ਨੂੰ। ਦੂਜੀ ਪਿੱਕ 'ਤੇ ਵੇਟ ਕਰਦੇ ਹੋਏ ਈਵਲ ਮਾਈਂਡ ਥੋੜ੍ਹਾ ਜਿਹਾ ਆਪਣਾ ਟਾਈਮ ਲਾ ਰਹੀ ਹੈ। ਐਲਕਮਿਸਟ ਵੀ ਪਿੱਕ ਕਰ ਸਕਦੀ ਹੈ ਇਸ ਵੇਲੇ, ਐਲਕਮਿਸਟ ਬੈਨ ਹੋਣ ਦੇ ਕਾਫ਼ੀ ਚਾਂਸਿਸ ਨੇ। ਅਤੇ ਆਪਾਂ ਹੁਣ ਵੀਵਰ, ਵਾਹ ਵਾਹ ਵਾਹ, ਵੀਵਰ ਇੱਕ ਹੋਰ ਹੀਰੋ ਜੋ ਕਾਫ਼ੀ ਬੈਨ ਅਸੀਂ ਦੇਖਿਆ ਹੁੰਦੇ ਹੋਏ ਪਿਛਲੀ ਗੇਮਾਂ 'ਚ, ਅਤੇ ਵੀਵਰ ਹੁਣ ਪਿੱਕ ਹੋ ਚੁੱਕਿਆ। TI3 ਦਾ ਆਲਮੋਸਟ ਵੀਵਰ ਨੇ ਤਗਾਹ ਪਾਇਆ ਹੋਇਆ ਸੀ, ਅਤੇ ਹੁਣ ਜੋ ਇੰਡੀਆ ਦਾ ਹੁਣ ਸਾਡਾ ਮੈਚਿੰਗ ਟੂਰਨਾਮੈਂਟ ਉਸ 'ਚ ਵੀ ਹੁਣ ਵੀਵਰ ਦੇਖਦੇ ਕਿਵੇਂ ਪਰਫੋਰਮ ਕਰਦਾ। ਵੀਵਰ ਇੱਕ ਦੇਖਣ ਨੂੰ ਤਾਂ ਥੋੜ੍ਹਾ ਜਿਹਾ ਕੋਕਰੋਚ ਟਾਈਪ ਹੀ ਲੱਗਦਾ, ਪਰ ਉਹਦੇ ਲੁਕਸ 'ਤੇ ਨਾ ਜਾਓ, ਜਿਵੇਂ ਕਹਿੰਦੇ ਨਾ ਵੀ ਡੋਂਟ ਗੋ ਔਨ ਦਾ ਲੁਕਸ, ਉਹੀ ਗੱਲ ਹੈ ਇੱਥੇ ਵੀਵਰ ਦੀ। ਬਈ ਤੁਸੀਂ ਸੋਚੋ ਨਾ ਵੀ ਇਹ ਕਿਤੇ ਕੋਕਰੋਚ ਟਾਈਪ ਲੱਗਦਾ ਤਾਂ ਹੈ, ਪਰ ਲੈਣੀ ਦੀ ਦੇਣੀ ਕਰ ਦਿੰਦਾ ਜਦ ਆ ਜੇ ਟਾਈਮ। ਵੀਵਰ ਦੇ ਬਹੁਤ ਚੰਗੇ ਸਕਿੱਲਸ ਨੇ, ਇਹਦੇ ਹੈਗੇ ਨੇ ਸਵਾਮ, ਸਕੁੱਚੀ, ਜਰਮੀਨੇਟ ਅਟੈਕ ਜੋ ਇਹਨੂੰ ਡਬਲ ਅਟੈਕ ਦਿੰਦਾ ਹੈ ਇੱਕ ਹਰ ਇੱਕ 6 ਤੋਂ ਲੈ ਕੇ 2.5 ਸੈਕਿੰਡਸ ਤੱਕ, ਅਤੇ ਟਾਈਮ ਲੈਪਸ ਹੈ ਜੋ ਇਹਨੂੰ ਟਾਈਮ 'ਚ ਵਾਪਸ ਲੈ ਜਾਂਦਾ ਜਿੰਨੀ ਹੁੰਦੀ ਹੈਲਥ ਪਹਿਲਾਂ ਸੀਗੀ ਉੱਥੇ ਤੱਕ। ਦੂਜੇ ਪਾਸੇ ਲਾਈਫ ਸਟੀਲਰ ਪਿੱਕ ਹੋ ਗਿਆ। ਲਾਈਫ ਸਟੀਲਰ ਕਾਫ਼ੀ ਅੰਡਰ ਪਰਫੋਰਮ ਕਰ ਰਿਹਾ ਹੈ ਇਸ ਲਈ, ਮੇਰੇ ਜਿੰਨੇ ਕੁ ਟੂਰਨਾਮੈਂਟ 'ਚ ਦੇਖਿਆ ਸੀ ਲਾਈਫ ਸਟੀਲਰ ਜ਼ਿਆਦਾ ਪਰਫੋਰਮੈਂਸ ਵੱਲ ਨੂੰ ਥੋੜ੍ਹਾ ਹੌਲਾ ਹੀ ਰਿਹਾ, ਅਤੇ ਪਰ ਇਸ ਵਾਰੀ ਮੈਂ ਆਈ ਐਮ ਹੋਪਿੰਗ ਕਿ ਲਾਈਫ ਸਟੀਲਰ ਥੋੜ੍ਹਾ ਜਿਹਾ ਪਰਫੋਰਮ ਬੈਟਰ ਕਰ ਪਾਏ, ਕਿਉਂਕਿ ਜਿੰਨੀ ਕੁ ਗੇਮਾਂ ਮੈਂ ਕਾਸਟ ਕੀਤੀਆਂ ਲਾਈਫ ਸਟੀਲਰ ਦਾ ਬੁਰਾ ਹਾਲ ਹੀ ਕੀਤਾ ਹੋਇਆ ਇਹਨਾਂ ਨੇ। ਅਤੇ ਡਾਰਕਸੀਅਰ ਬੈਨ ਹੋਇਆ, ਗੁੱਡ ਬੈਨ। ਡਾਰਕਸੀਅਰ ਇੱਕ ਚੰਗਾ ਡਾਰਕਸੀਅਰ
एक चंगा वैक्यूम ते वॉल दे नाल बहुत ही 10 seconds टीम remaining. फाइट अपना कर सकता है, पुट्ठी कर सकता है, जे 5 seconds बहुत ही चंगा remaining. इनिशिएट कर सकता है, बहुत कुछ कर सकता है ये डार्कसियर, बहुत ही चंगा हीरो। एंड इधर मैं Reserve कह रहा हूँ भी time. जिद सही हत्था च डार्कसियर नेरियां कटा दिंदा। Dire team ban. मिड हीरो बैन होता है क्वीन ऑफ पेन, इवल माइंड्स नहीं चाहते कि मिड क्वीन ऑफ पेन होए, उन्हां दा जरूर कोई प्लान होना कि मिड हीरो कोई इन्हां ने लेना, ते ओदे लई फिर इन्हां ने क्वीन ऑफ पेन बैन करती है, क्योंकि क्वीन ऑफ पेन 10 seconds बेस्ट मिड remaining. है मेरे ओपिनियन च, जी तुहाडी ओपिनियन डिफरेंट है Five seconds प्लीज वो remaining. तुहाडी ओपिनियन है, जो मेरी ओपिनियन है वो ये है कि क्वीन ऑफ पेन बेस्ट मिड हीरो है, Reserve time. ते बहुत चंगी रेंज ते अटैक ओदा टाइमिंग है, ते बहुत नेरियां ला दिंदियां ने मिड च। फोर्थ बैन दी वेट कर रहे हैं आपां एफओई तो, जिन्हां ने रिजर्व टाइम अपना यूज करना शुरू करता है, ते उन्हां दे मन च हुण की चल रहा है ये तां हुण मैं कह नहीं सकदा, पर जिवें कि काफ़ी दो तीन हीरोज़ हैगे ने जो बैन कर सकते हैं इस वेले, निक्स असैसिन बैन कर सकते हैं, लो बैन कर सकते हैं, लो एज इन विस्प की गल कर रहे हैं मैं, विस्प बैन हो सकती है इस वेले, ते बाकी कोई भी जिवें जो बेसिकली ओवरऑल स्टनर है नागा सायरन दे नाल चंगा कॉम्बो बना के, ट्रोल वॉरलॉर्ड बैन Radiant करता, team ये ban. तो इहो बंदा जो किसी ने पिक भी नहीं करना ते इन्होंने बैन करता, ये थोड़ा जहा मैनू फनी लग रहा है इस वेले कि भी इन्होंने ट्रोल वॉरलॉर्ड बैन करता, पर हुण करता है ते करता है, Radiant टीम team एफओपी pick. एफओई तो छोटी मोटी टीम तो है नहीं। Dire team pick. दूजे पासे मिड टेम्पलर असैसिन तो इन्हों का प्लान सी कि भी आपां स्टॉर्म स्पिरिट ते क्वीन ऑफ पेन नूं बैन करके आपां मिड टेम्पलर असैसिन लैनी है, ताकि मिड च सानू कोई दिक्कत ना होए। हुण मैं टेम्पलर असैसिन नूं यही डर होना भी कि स्टॉर्म स्पिरिट ना आ जाए अगे, ना क्वीन ऑफ पेन ना आ जाए, हुण टेम्पलर असैसिन मजे नाल मिड फार्म करेगी। 10 seconds remaining. 5 सेकेंड रह गए ने Five एफ ओ seconds ई दे remaining. कोल, उहदे बाद बोनस टाइम इन्हां दा यूज होण लग जाएगा रिजर्व टाइम, ते Reserve time. रूबिक इन्हां ने पिक कीता बहुत चंगा सपोर्ट नागा Radiant सायरन दे नाल, team pick. ते कंप्लीटली मैं इहदे दिमाग च निकल गया कि रूबिक भी है, रूबिक नागा सायरन ते लाइफ स्टीलर ऑलमोस्ट मैं कह सकदा भी फर्स्ट बर्ड मटीरियल है, जे इन्हां ने अपना इन्हां ने ट्रायल इन इकट्ठी करनगे ते रूबिक नागा सायरन ते लाइफ स्टीलर ऑलमोस्ट मैनूं लगदा ये तो फर्स्ट ब्लड पक्की है इन्हां दी, पर दूजे पासे भी असी थोड़ा इन्हां नूं Dire माइनर नहीं कहा, team निक्स pick. असैसिन इन्हां बैन कर देना चाहिए सी पर इन्हां ने किया नहीं, इन्हां ट्रोल वॉरलॉर्ड करता, ये ट्रोल कर रहे ने, पैसे दिते ने इन्हां ने, मैनूं लग रहा है टाल टोल इन्हां लाया अगे पिछे अपने ना क्रिकेट वांगू, निक्स असैसिन तुसीं छड्डता यार, ट्रोल वॉरलॉर्ड बैन करता। चलो मेरी ओपिनियन है, मैं कुछ भी कह सकदा, ते निक्स असैसिन इन्हां ने छड्डिया, Ten जकीरो निक्स seconds असैसिन दा remaining. कॉम्बो वीवर दे नाल, वीवर भावें ऑफलाइन करे जो मर्जी करे, Five पर seconds इन्हां दा remaining. कॉम्बो बहुत ही वधिया निक्स असैसिन ते जकीरो दा, ते आपां हुण देखांगे इन्हां दा Reserve मेन कैरी time. कौन होएगा, जे वीवर असीं मानदे हां कि ऑफलाइन जाएगा। दूजे पासे आपां नेचर्स प्रॉफिट हुणे गेम च पिया होया, ते नेचर प्रॉफिट भी हुणे ऑफलाइन वास्ते अवेलेबल है, ते एफओई नेचर्स प्रॉफिट पिक कर सकदी इस वेले। दूजे पासे आपां देखिए टेम्पलर असैसिन ते वीवर दा जो कॉम्बो है, ये भी बहुत वीवर दा स्वॉर्म जे आर्मर घटांदा, ते इहदी जे तुहानूं मेल्ट लगदी है ते बहुत डैमेज करदी है, ते इहनां दा दोवां दा आर्मर रिडक्शन इकट्ठे हो के इन्ना माइनस आर्मर हो जाएगा कि बस बंदा गायब ही हो I जाएगा मैंने speak कहा। for the trees. जब मैं कह रहा हूँ नेचर प्रॉफिट अवेलेबल Radiant हैगा, team ते नेचर ban. प्रॉफिट पिक कर लिया, ते ऑफलाइन च आपां नेचर प्रॉफिट नूं देख सकदे हां इस गेम च, ते हुण बस लास्ट मैन जाणगे मैनूं लगदा, थोड़े जे इन्हां ने इन्हां नूं तां मैं हुण थोड़ा कॉमेंट नहीं कर सकदा, पर की कहिंदे हैं Ten इन्हां नूं एक seconds मिड हीरो एक remaining. होर बैन कर देना चाहिदा, जो कि रेजर इन्होंने बैन किया, बहुत Dire वधिया इन्होंने team बैन किया, ban. इन्हां ने 3 मिड हीरो 4 मिड हीरो टोटल बैन किए ने, और इन्हां ने अपना टेम्पलर असैसिन मिड भेजनी है। इत्थे मैं इन्हां नूं ये रेकमेंड कराँगा कि कोई कैरी बैन करे, क्योंकि वीवर जे आपां अस्यूम कर Ten रहे हैं कि वीवर seconds ऑफलाइन जा रहा है remaining. ते टेम्पलर असैसिन मिड जा रही है, तो इत्थे कैरी आएगा
ਮੇਨ ਕਹਿ ਰਹੀ ਜਿਹਨੂੰ ਬੇਬੀ ਸਿਟ ਕਰਨ ਵਾਸਤੇ ਨਿਕਸ ਆ ਸਕਦਾ, ਜਕੀਰੋ ਜਾ ਸਕਦੇ ਨੇ, ਆਫ ਕੋਰਸ ਚੇਂਜਸ ਬਹੁਤ ਆ ਸਕਦੇ ਆ, ਜਿਵੇਂ ਇਹਨਾਂ ਨੇ ਐਲਕਮਿਸ ਬੈਨ ਕੀਤਾ, ਬਹੁਤ ਹੀ ਵਧੀਆ ਬੈਨ, FOA ਨੇ ਬਹੁਤ ਹੀ ਚੰਗਾ ਬੈਨ ਕੀਤਾ ਇੱਥੇ ਐਲਕਮਿਸ ਨੂੰ ਬੈਨ ਕਰਕੇ, ਕਿਉਂਕਿ ਜੇ ਐਲਕਮਿਸਟ ਇੱਥੇ ਆ ਜਾਂਦਾ ਬੱਲੇ ਬੱਲੇ ਹੋ ਜਾਣੀ ਸੀ ਪੂਰੀ। ਜਕੀਰੋ ਦਾ ਕੀ ਕਹਿੰਦੇ ਆ ਸਟਨ, ਨਿਕਸ ਅਸੈਸਿਨ ਦਾ ਸਟਨ ਅਤੇ ਉੱਤੋਂ ਐਲਕਮਿਸ ਦਾ ਸਟਨ, ਇਹ ਤਾਂ ਸਟਨ ਮਾਰ ਕੇ ਹੀ ਇਹਨਾਂ ਨੇ ਬੰਦਾ ਮਾਰ ਦੇਣਾ ਸੀ, ਅੱਗੇ ਤਾਂ ਲੋੜ ਹੀ ਨਹੀਂ ਪੈਣੀ ਸੀ ਹੱਥ ਨਾਲ ਮਾਰਨ ਦੀ। 15 ਸੈਕਿੰਡ ਟਾਈਮਰ ਦੇ, ਉਹਦੇ ਬਾਅਦ ਰਿਜ਼ਰਵ ਟਾਈਮ 1:36 ਪਿਆ ਹੋਇਆ। 10 seconds remaining. ਇਹਨਾਂ ਕੋਲ ਆਪਸ਼ਨ ਵਾਈਜ਼ ਇਹਨਾਂ ਕੋਲ ਹੈਗਾ ਆਪਣਾ ਐਂਟੀਮੇਜ ਵੀ ਹੈਗਾ, ਐਂਟੀਮੇਜ ਵੁੱਡ ਬੀ ਨਾਈਸ ਟੂ ਸੀ ਐਂਟੀਮੇਜ। ਬਾਕੀ ਹੁਣ ਹੀਰੋ ਦੀ ਲਿਸਟ ਤਾਂ ਮੇਰੇ ਸਾਹਮਣੇ ਖੁੱਲ੍ਹੀ ਨਹੀਂ, ਮੈਂ ਤਾਂ 2-3 ਹੀਰੋ ਹੋਰ ਨਾ ਦੱਸ ਦੇਣਾ ਸੀ, ਪਰ ਐਂਟੀਮੇਜ ਹੈਗਾ ਇਹਨਾਂ ਕੋਲ, ਮੈਨੂੰ ਪਸੰਦ ਹੈ ਐਂਟੀਮੇਜ, ਇਸ ਵਾਸਤੇ ਉਹਦੀ ਜ਼ਿਆਦਾ ਮੈਂ ਸਿਫਤਾਂ ਕਰ ਰਿਹਾ। ਐਂਟੀਮੇਜ ਅਵੇਲੇਬਲ ਹੈਗਾ ਅਤੇ ਜੇ ਲੋੜ ਹੈਗੀ ਹੈ ਤਾਂ ਵੀਵਰ ਤਾਂ ਪਰ ਆਲਰੇਡੀ ਹੈਗਾ ਹੀ ਹੈ, ਇੱਕ ਹੋਰ ਜੇ ਇਹਨਾਂ ਵੱਲ ਆ ਜਾਏ ਤਾਂ ਫਾਇਦਾ ਹੀ ਹੈ। 1 ਮਿੰਟ ਅਤੇ 10 ਸੈਕਿੰਡ ਰਹਿ ਗਏ ਨੇ ਈਵਲ ਮਾਈਂਡਸ ਕੋਲ, EM, ਅਤੇ ਇਹਨਾਂ ਦੀ ਲਾਸਟ ਪਿਕ ਦੀ ਵੇਟ ਹੋ ਰਹੀ ਹੈ, ਜੋ ਲਾਸਟ ਪਿਕ ਇਹਨਾਂ ਦੀ ਪੂਰੀ ਸਟੋਰੀ ਸਾਨੂੰ ਦੱਸੇਗਾ ਵੀ ਇਹਨਾਂ ਦਾ ਪਲਾਨ ਕੀ ਹੈ। ਇਹ ਪਲਾਨ ਨੂੰ ਦੇਖਦੇ ਹੋਏ ਆਪਾਂ ਦੇਖਾਂਗੇ ਅੱਗੇ ਕੀ ਵੀ ਕਿਵੇਂ ਜਾ ਰਹੀ ਹੈ, ਕਿ ਪੂਰਾ ਟਾਈਮ ਲੈਂਦੇ ਹੋਏ। 50 ਸੈਕਿੰਡ ਰਿਮੇਨਿੰਗ, ਈਵਲ ਮਾਈਂਡ, ਲਾਸਟ ਪਿਕ, ਪੂਰੀ ਕੰਸੈਂਟਰੇਸ਼ਨ ਨਾਲ। ਸੰਨਾਟਾ ਛਾ ਗਿਆ ਹੈ, ਪੂਰਾ ਸਨਾਟਾ ਛਾ ਗਿਆ। ਈਵਲ ਮਾਈਂਡਸ ਲਾਸਟ ਪਿਕ ਦੀ ਵੇਟ ਕਰਦੇ ਹੋਏ ਪੂਰਾ ਟਾਈਮ ਦਾ ਇਸਤੇਮਾਲ ਕਰ ਰਹੇ ਨੇ ਇਸ ਵੇਲੇ। 20 ਸੈਕਿੰਡ, ਮੈਨੂੰ ਲੱਗਦਾ ਇੰਨਾ ਜੀਰੋ ਕਰਕੇ ਹੀ ਰਹਿਣਾ, ਇਹ ਕਿਤੇ ਲੜਨਾ ਪਏ ਹੁਣ ਵਿੱਚ ਆਪਣੀ ਟੀਮ 'ਚ ਵੀ ਕੀ ਕੀ ਖੇਡੀਏ ਕੀ ਕਰੀਏ ਪਤਾ ਨਹੀਂ, ਪਰ ਪਲਾਨ ਇਹਨਾਂ ਦਾ ਪੂਰਾ ਹੈ। ਹੁਣ ਟਾਈਮ ਤਾਂ ਮੇਰਾ ਕੱਢਣਾ ਇਹਨਾਂ ਨੇ, ਪਰ ਕੋਈ ਗੱਲ ਨਹੀਂ, ਮੈਂ ਖੀਰ ਖਾ ਲਈ ਆ, ਸੇਮੀਆਂ ਮੈਂ ਖਾ ਲਈਆਂ ਨੇ ਆਪਣੀਆਂ, ਮੈਂ ਪ੍ਰਿਪੇਅਰ ਹਾਂ ਇਸ ਮੈਚ ਲਈ, ਅਤੇ ਬਿਲਕੁਲ 2-1 ਅਤੇ ਇਹਨਾਂ ਦੀ ਪਿੱਕ ਆ ਗਈ ਹੈ ਮੋਰਫਲਿੰਗ, ਬਹੁਤ ਹੀ ਚੰਗੀ ਪਿੱਕ ਮੋਰਫਲਿੰਗ, ਬਹੁਤ ਹੀ ਮਜ਼ੇਦਾਰ ਹੀਰੋ ਹੈ ਦੇਖਣ ਨੂੰ, ਅਤੇ ਅਸੀਂ ਇਸ ਹੀਰੋ ਦੇ ਉੱਤੇ ਸਪੈਸ਼ਲ ਧਿਆਨ ਰੱਖਾਂਗੇ, ਕਿਉਂਕਿ ਮੈਂ ਹੀਰੋ ਥੋੜ੍ਹਾ ਜਿਹਾ ਮੈਂ ਇਹਦੇ 'ਚ ਨੂਬ ਹਾਂ, ਅਤੇ ਕਿਉਂਕਿ ਇਹਦਾ ਜੇ ਤੁਸੀਂ ਨੋਟਿਸ ਕਰੋ ਕਿ ਇਹਦੀ ਜੋ ਅਟੈਕ ਰੇਂਜ ਹੈ ਮੀਲੀ ਹੀਰੋ ਤੋਂ ਥੋੜ੍ਹੀ ਹੀ ਵੱਧ ਹੈ, ਪਰ ਐਜ਼ ਅ ਰੇਂਜ ਹੀਰੋ ਇਹਨੂੰ ਕੋਈ ਫਾਇਦਾ ਨਹੀਂ ਹੁੰਦਾ, ਅਟੈਕ ਰੇਂਜ ਛੋਟੀ ਜਿਹੀ, ਤੂੰ ਬੋਲਾਂ ਹੀ ਸਿੱਟੀ ਜਾਂਦਾ ਪਾਣੀ ਦੀਆਂ, ਅਤੇ ਅਸੀਂ ਮੋਰਫਲਿੰਗ ਦੇ ਉੱਤੇ ਧਿਆਨ ਦੇਵਾਂਗੇ, ਥੋੜ੍ਹਾ ਸਿੱਖਾਂਗੇ ਅਸੀਂ ਮੋਰਫਲਿੰਗ ਤੋਂ, ਅਤੇ ਮੈਂ ਖੁਸ਼ ਹਾਂ ਵੀ ਮੋਰਫਲਿੰਗ ਪਿੱਕ ਕੀਤਾ। ਨਿਕਸ ਅਸੈਸਿਨ, ਜਕੀਰੋ ਅਤੇ ਮੋਰਫਲਿੰਗ ਥੱਲੇ ਆਪਣਾ ਕਰਨਗੇ ਮਜ਼ੇ ਨਾਲ ਟ੍ਰਾਈ ਲੇਨ, ਅਤੇ ਵੀਵਰ ਆਫ ਲੇਨ ਦੇ ਨਾਲ ਟੈਂਪਰਰੀ ਅਸੈਸਿਨ ਮਿਡ, ਇਹ ਮੇਰਾ ਉਹ ਹੈ ਰਿਜ਼ਰਵ ਟਾਈਮ ਸੋਚਣ ਦਾ ਤਰੀਕਾ। ਦੂਜੇ ਪਾਸੇ ਪੱਕ ਆ ਗਿਆ ਜੀ ਮਿਡ, ਅਤੇ ਪੱਕ ਮਿਡ ਹੀਰੋ ਫੇਸਿੰਗ ਕਰੇਗਾ ਉਹਦੇ ਨਾਲ ਟੈਂਪਰਰੀ ਅਸੈਸਿਨ ਨਾਲ, ਅਤੇ ਇਹ ਤੁਹਾਡੇ ਸਾਹਮਣੇ ਗੇਮ ਆ ਚੁੱਕੀ ਹੈ ਪੂਰੀ। ਅਤੇ ਹੁਣ ਆਪਾਂ ਲਾਸਟ ਗੇਮ ਵਾਂਗੂ ਮਿਸਟੇਕ ਨਾ ਕਰੀਏ, ਆਪਾਂ ਪਹਿਲਾਂ ਓਵਰਲੇ ਚੇਂਜ ਕਰੀਏ। ਵਾਹ ਬਈ ਵਾਹ, ਪ੍ਰਿਪੇਅਰ ਫਾਰ ਬੈਟਲ, ਵਾਹ ਵਾਹ, ਪੂਰੀ ਲੈਗ ਹੋ ਰਹੀ ਮਜ਼ੇ ਨਾਲ ਗੇਮ। ਕਾਫੀ ਲੈਗੀ ਗੇਮ ਚੱਲ ਰਹੀ ਹੈ, ਪਤਾ ਨਹੀਂ ਕਿਉਂ ਇੰਨਾ ਬੁਰਾ ਹਾਲ ਹੈ, ਅਤੇ ਜੇ ਐਵੇਂ ਚੱਲਦਾ ਰਿਹਾ ਤਾਂ ਆਪਾਂ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ, ਇਹ ਤਾਂ ਅਨਵਾਚੇਬਲ ਹੋ ਗਿਆ, ਬਾਊਂਸਿੰਗ ਬਾਊਂਸਿੰਗ ਹੋ ਰਿਹਾ। ਆਪਾਂ ਕੁਇਕਲੀ ਦੇਖਦੇ ਹਾਂ ਨੈੱਟ ਗ੍ਰਾਫ ਔਨ ਕਰਕੇ, ਥੋੜ੍ਹੀ ਜਿਹੀ ਇੰਪਰੂਵਮੈਂਟ ਆਈ ਹੈ, ਹੁਣ ਗੇਮ ਠੀਕ ਹੋ ਗਈ ਹੈ, ਸ਼ਾਇਦ ਮੈਂ ਨੈੱਟ ਗ੍ਰਾਫ ਹੀ ਟਾਈਪ ਕਰਨਾ ਸੀ ਅਤੇ ਸਭ ਕੁਝ ਠੀਕ ਹੋ ਗਿਆ। ਜੀਰੋ ਕਰਕੇ ਹੁਣ ਆਪਾਂ ਵਾਪਸ ਆ ਗਏ, ਅਤੇ ਆਪਾਂ ਹੁਣ ਦੇਖ ਸਕਦੇ ਹਾਂ ਕਿ ਸਮੋਕ ਲੈ ਕੇ ਪੂਰੀ ਟੀਮ ਈਵਲ ਮਾਈਂਡਸ ਉਹਨਾਂ ਦੇ ਜੰਗਲ ਦੇ ਵਿੱਚ ਘੁੰਮ ਰਹੀ ਹੈ, ਇਸ ਵਿੱਚ ਸ਼ਿਕਾਰ ਲੱਭ ਰਹੀ ਹੈ ਪੂਰਾ, ਅਤੇ ਹੁਣ ਇਹ ਕਾਫੀ ਪਿੰਗਸ ਹੋ ਰਹੇ ਨੇ ਇੱਥੇ, ਸ਼ਾਇਦ ਸ਼ਿਕਾਰ 'ਚ ਇੱਕ ਬੰਦਾ ਆ ਜਾਏ, ਅਤੇ ਰੂਪਿਕ ਸਾਹਿਬ ਤੋਂ ਪਹਿਲਾਂ ਆਏਗਾ ਸ਼ਿਕਾਰ 'ਚ, ਰੂਪਿਕ ਨੂੰ ਸਟਨ ਹੋਇਆ, ਨਾਗਾ ਸਾਹਿਬ ਨੂੰ ਸ਼ੇਅਰ ਕਰ ਸਕਦੀ ਕਿਸੇ ਕੋਲ, ਬਹੁਤ ਹੀ ਸੋਹਣਾ ਇਸ ਬਾਤ, ਅਤੇ ਰੂਬਿਕ ਦਾ ਲੈਣੇ ਦੇਣੇ ਕਰਤਾ, ਫਸਟ ਬਲੱਡ ਦੇਤਾ ਰੂਬਿਕ ਨੇ, ਅਤੇ ਟੈਂਪਲਰ ਅਸੈਸਿਨ ਫਸਟ ਬਲੱਡ ਲੈਂਦੀ ਹੋਈ ਉੱਥੇ,
ਬਹੁਤ ਹੀ ਸੋਹਣਾ ਫਸਟ ਬਲੱਡ, ਬਹੁਤ ਹੀ ਸੋਹਣਾ ਗੈਂਗ ਕੀਤਾ ਇੱਥੇ। ਸਿਰਫ ਜੇ ਤੁਸੀਂ ਸੋਚਿਆ ਜਾਏ 100 ਗੋਲਡ ਦੇ ਨਾਲ ਇਹਨਾਂ ਨੇ ਸਮੋਕ ਬਾਏ ਕਰਕੇ ਫਸਟ ਬਲੱਡ ਲੈ ਲਿਆ, ਅਤੇ ਫਸਟ ਬਲੱਡ ਲੈਣ ਨਾਲ ਇਹਨਾਂ ਨੂੰ ਕੀ ਮਿਲਿਆ, 409 ਗੋਲਡ ਮਿਲਿਆ। 100 ਤੋਂ ਇੱਕ ਇੱਕ ਗੁੱਡ ਇਨਵੈਸਟਮੈਂਟ ਹੈ ਮੇਰੇ ਹਿਸਾਬ ਨਾਲ, ਬਹੁਤ ਹੀ ਸੋਹਣੀ ਇਨਵੈਸਟਮੈਂਟ। ਤੁਸੀਂ 100 ਗੋਲਡ ਪਾਓ ਅਤੇ 409 ਵਾਪਸ ਪਾਓ, ਵੈਰੀ ਨਾਈਸ। ਅਤੇ ਅਫਕੋਰਸ ਲੈਟਸ ਨੋਟ ਫੋਰਗੇਟ ਕਿ ਬਈ ਐਕਸਪੀਰੀਅੰਸ ਵੀ ਕਿੰਨਾ ਮਿਲਿਆ ਇਹਨਾਂ ਨੂੰ ਜ਼ਿਆਦਾ। 18 ਐਕਸਪੀਰੀਅੰਸ ਇਹਦੇ ਕੋਲ ਹੈ, ਇਹਦੇ ਕੋਲ ਆਲਰੇਡੀ 101 ਐਕਸਪੀਰੀਅੰਸ ਹੈ। ਰਿਫਰੈਕਸ਼ਨ ਪੂਰੀ ਜ਼ੋਰਾਂ ਨਾਲ ਪ੍ਰੋਟੈਕਟ ਕਰ ਰਹੀ ਹੈ। ਜੇ ਆਪਾਂ ਦੇਖੀਏ ਟੋਪ ਲੇਨ 'ਚ ਹੁਣ ਵੀਵਰ ਲੱਗਾ ਹੋਇਆ ਇੱਥੇ ਅਗੇਂਸਟ ਲਾਈਫ ਸਟੀਲਰ ਨਾਲ ਟਰਾਈ ਲੇਨ 'ਚ, ਅਤੇ ਇੱਥੇ ਰੂਬਿਕ ਮੇਕ ਸ਼ੋਰ ਕਰੇਗਾ ਕਿ ਬਈ ਕਰੀਪਸ ਘੱਟ ਹੀ ਜਾਣ ਅੱਗੇ। ਬੋਟਮ ਤੁਸੀਂ ਦੇਖ ਰਹੇ ਹੋ ਕਿ ਮੌਫਲਿੰਗ ਨਾਲ ਕੋਈ ਅੱਗੇ ਖੜਾ ਨਹੀਂ ਮੌਫਲਿੰਗ ਦੇ ਸਾਹਮਣੇ। ਮੌਫਲਿੰਗ ਦਾ ਹੁਣ ਕੰਮ ਹੈ ਵੀ ਪੂਰੇ ਮਜ਼ੇ ਨਾਲ ਬਈ ਲਾਸਟ ਹਿੱਟ ਲੈਣੀ ਆਪਾਂ, ਅਤੇ ਆਪਾਂ ਹੁਣ ਇਹੀ ਹੋਏਗਾ ਕਿ ਮੌਫਲਿੰਗ ਲੀਡ ਕਰੇਗਾ ਸਭ ਤੋਂ ਜ਼ਿਆਦਾ। ਅਤੇ ਸਟੈਟਮੈਨ ਸਾਨੂੰ ਦੱਸਦਾ ਵੀ ਟੀਮ ਈਵਲ ਮਾਈਂਡਸ ਜੋ EM ਹੈ ਉਹ ਆਪਣੇ ਪਲੇਅਰਸ ਹੈਗੇ ਨੇ ਗੋਆ, ਪੂਨੇ ਅਤੇ ਬੰਬੇ ਦੇ, ਮੁੰਬਈ। ਅਤੇ ਕੀ ਕਹਿੰਦੇ ਆ ਇਹ ਹੁਣ ਕਾਫੀ ਮਤਲਬ ਕਿ 2-3 ਸਟੇਟਾਂ ਤੋਂ ਆਏ ਨੇ, ਅਤੇ ਇਹਨਾਂ ਨੇ ਬੈਸਟ ਟੀਮ ਕੁਆਲੀਫਾਇਰ ਜੋ ਬਣਾਈ ਹੈ ਆਪਣੀ ਬੈਸਟ ਵਾਸਤੇ, ਉਹ ਪੂਰਾ ਮਤਲਬ ਕਿ ਟੈਕਨੀਕਲੀ ਬੈਸਟ ਹੀ ਹੈ, ਅਤੇ ਇਹ 3 ਸਿਟੀਜ਼ ਨਾਲ ਜੋੜੇ ਨੇ। ਤੁਸੀਂ ਦੇਖ ਸਕਦੇ ਹੋ ਵੀ ਕਿਹੜੇ ਕਿਹੜੇ ਕੋਨਿਆਂ 'ਚੋਂ ਲੋਕ ਆਉਂਦੇ ਨੇ, ਟੀਮ ਬਣਾਉਂਦੇ ਨੇ, ਅਤੇ ਮਤਲਬ ਕਿ ਇਹ ਇਹ ਰੱਬ ਦੀ ਲਿਖੀਆਂ ਨੇ ਜੋ ਟੀਮ ਨੂੰ ਜੋੜਦੀ ਹੈ ਦੂਰੋਂ ਦੂਰੋਂ। ਦੂਜੇ ਪਾਸੇ ਆਪਣੀ ਦੇਖੀਏ ਟੀਮ FOE, ਸਾਰੇ ਦੇ ਸਾਰੇ ਬੰਦੇ ਬੰਬੇ ਤੋਂ ਹੀ ਨੇ, ਇਹ ਭਾਵੇਂ ਤੁਸੀਂ ਕਹਿ ਸਕਦੇ ਲੈਨ 'ਚ ਮਿਲੇ ਨੇ ਸਾਰੇ, ਅਤੇ ਬਹੁਤ ਹੀ ਵਧੀਆ ਗੱਲ ਹੈ। ਇਕੱਠੇ ਖੇਡੋ, ਇਕੱਠੇ ਚਿੱਲ ਕਰੋ, ਇਕੱਠੇ ਹੀ ਮਤਲਬ ਕਿ ਪੈਕ ਸ਼ਗਲਾਓ ਮਾੜੇ ਮੋਟੇ, ਚੰਗੀ ਗੱਲ ਹੈ। ਬੋਰਡਿੰਗ ਦੇਖ ਸਕਦੇ ਹੋ, ਬਹੁਤ ਸੋਹਣੀ ਬੋਰਡਿੰਗ ਇੱਥੋਂ ਇਹਨਾਂ ਦੀ ਰੇਡੀਅੰਟ ਦੀ। ਰੇਡੀਅੰਟ ਨੂੰ ਬਹੁਤ ਸੋਹਣੀ ਵਿਜ਼ਨ ਇੱਥੋਂ ਪੂਰੀ 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 ਰਿਵਰ ਦੀ ਵਿਜ਼ਨ ਦਿੱਤੀ ਹੋਈ ਹੈ, ਤਾਂ ਕਿ ਉਹ ਚਾਹੁੰਦੇ ਨਹੀਂ ਵੀ ਇੱਧਰੋਂ ਕੋਈ ਗੈਂਕ ਆਏ। ਇੱਧਰੋਂ ਗੈਂਕ ਆਉਣਾ ਤਾਂ ਹੈ ਨਹੀਂ ਕੋਈ, ਕਿਉਂਕਿ ਥੱਲੇ ਹੈ ਨਹੀਂ ਬੰਦਾ ਕੋਈ। ਦੂਜੇ ਪਾਸੇ ਅਸੀਂ ਦੇਖੀਏ ਜੇ ਗੈਂਕ ਆ ਵੀ ਸਕਦਾ, ਉਹਦੀ ਗੈਂਕ ਦੇ ਆਉਣ ਦੇ ਚਾਂਸਿਸ ਇੱਧਰੋਂ ਨੇ, ਇੱਧਰੋਂ ਆਉਣਗੇ ਜਾਂ ਫਿਰ ਸਮੋਕ ਲੈ ਕੇ ਇੱਧਰੋਂ ਵੀ ਆ ਸਕਦੇ ਨੇ। ਅਤੇ ਇਸ ਵਾਸਤੇ ਇਹਨਾਂ ਨੂੰ ਇੱਥੇ ਵਾਰਡਿੰਗ ਚਾਹੀਦੀ ਹੈ, ਪਰ ਇੱਥੇ ਆਲਰੇਡੀ ਡਿਵਾਰਡਿੰਗ ਹੋ ਚੁੱਕੀ ਹੈ ਥੈਂਕਸ ਟੂ ਇਹ ਵਾਲਾ ਚੀਜ਼। ਇਹ ਵਾਲਾ ਚੀਜ਼ ਜੋ ਹੈਗਾ, ਇਹ ਵਾਰਡ ਹੈਗਾ ਸੈਂਟਰੀ ਵਾਲਾ, ਜੋ ਕਿ ਦੂਜੇ ਵਾਰਡ ਨੂੰ ਦਿਖਾਉਂਦਾ। ਟੈਂਪਰਲ ਅਸੈਸਿਨ ਨੂੰ ਥੋੜ੍ਹਾ ਜਿਹਾ ਹੁਣ ਹਾਰਡ ਟਾਈਮ ਕਰ ਰਿਹਾ ਪੱਗ, ਅਤੇ ਪੱਗ ਹੁਣ ਇਨਵਿਜ਼ਿਬਿਲਟੀ ਰੂਨ ਨਾਲ ਥੋੜ੍ਹਾ ਜਿਹਾ ਗੁੱਸਾ ਕੱਢੇਗਾ। ਇੱਥੇ ਓਏ ਹੋਏ ਹੋਏ, ਕਿਆ ਸਨਾਈਪ! ਰੇਡੀਅੰਸ ਕੁਰੀਅਰ ਹੈਜ਼ ਬੀਨ ਕਿਲਡ। ਇਹ ਪੂਰੀ ਗੇਮ ਵੇਟ ਹੋ ਰਹੀ ਸੀ ਇਸ ਚੀਜ਼ ਦੀ ਕਿ ਨੇਚਰ ਪ੍ਰੋਫਿਟ ਨੂੰ ਇਹ ਮੌਕਾ ਮਿਲੇ। ਉਹਨਾਂ ਨੇ ਪਿੰਗ ਕੀਤਾ ਉੱਥੇ ਕੁਇਕਲੀ ਕਿ ਨੇਚਰ ਪ੍ਰੋਫਿਟ ਨੂੰ ਕਿਹਾ ਕਿ ਤੂੰ ਉੱਥੇ ਕੁਰੀਅਰ ਆ ਗਿਆ, ਅਤੇ ਕੁਰੀਅਰ ਨੂੰ ਸਨਾਈਪ ਕੀਤਾ ਨੇਚਰ ਪ੍ਰੋਫਿਟ ਨੇ, ਬਹੁਤ ਹੀ ਸੋਹਣਾ ਸਨਾਈਪ। ਅਤੇ ਤੁਸੀਂ ਦੇਖ ਸਕਦੇ ਹੋ ਕਿ ਵੀ ਪੱਖ ਨੇ ਇੱਥੇ ਅੱਖ ਰੱਖੀ ਸੀ ਕਿ ਵੀ ਜਦੋਂ ਕੁਰੀਅਰ ਇੱਧਰੋਂ ਆ ਰਿਹਾ, ਅਤੇ ਉਹਨੇ ਇਹਦੇ ਉੱਥੇ ਕੁਰੀਅਰ ਨੂੰ ਇੱਥੇ ਦੇਖਿਆ, ਅਤੇ ਉਹਨੇ ਨਾਲ ਦੀ ਨਾਲ ਪਿੰਗ ਕਰਤਾ ਵੀ ਇੱਥੇ ਆ ਜਾ ਜਲਦੀ। ਅਤੇ ਉਹਦੇ ਨਾਲ ਕੀ ਹੋਇਆ ਕਿ ਨਾਲ ਦੀ ਨਾਲ ਨੇਚਰ ਪ੍ਰੋਫਿਟ ਨੇ TP ਮਾਰਿਆ ਇੱਥੇ ਕੁਇਕਲੀ, ਅਤੇ ਇੱਥੇ ਕੁਰੀਅਰ ਮਾਰਤਾ, ਕੁਰੀਅਰ ਮਾਰ ਕੇ ਉਹਨੂੰ 200 ਗੋਲਡ ਮਿਲ ਗਿਆ। ਸ਼ੁਰੂ 'ਚ ਗੇਮ 'ਚ ਬਹੁਤ ਹੀ ਵੱਡੀ ਮੈਂ ਕਹਿ ਸਕਦਾ ਐਡਵਾਂਟੇਜ ਮਿਲੀ ਹੈ ਨੇਚਰ ਪ੍ਰੋਫਿਟ ਨੂੰ। ਨੇਚਰ ਪ੍ਰੋਫਿਟ ਹੁਣ ਮਜ਼ੇ ਨਾਲ ਗਲਵ ਆਫ ਹੇਸ ਲੈ ਕੇ ਬੈਠਾ ਹੋਇਆ, ਮੋਸਟ ਪ੍ਰੋਬਲੀ ਹੈਂਡ ਆਫ ਮਿਡਾਸ ਬਣਾਏਗਾ, ਅਤੇ ਇੱਥੇ ਵੀਵਰ ਮਜ਼ੇ ਨਾਲ ਫਾਰਮ ਕਰ ਰਿਹਾ, ਔਰ ਨੈਕਸ ਅਸੈਸਿਨ ਉਹਦੀ ਸਪੋਰਟ ਵਾਸਤੇ ਆਇਆ ਹੋਇਆ, ਕਿਉਂਕਿ ਇੱਥੇ ਇਹ ਦੋਵੇਂ ਜੇ ਆਪਣਾ ਟੈਲੀਕਨੀਸਿਸ ਅਤੇ ਇਨਸੇਅਰ ਨਾਲ ਇਹ ਆਰਾਮ ਨਾਲ ਕਿਲ ਸਿਕਿਓਰ ਕਰ ਸਕਦੇ ਨੇ ਕਿਸੇ ਵੀ ਪਲੇਅਰ ਦੀ, ਅਤੇ ਉਹਨਾਂ ਨੂੰ ਨੈਕਸ ਅਸੈਸਿਨ ਦੀ ਲੋੜ ਪਏਗੀ, ਤਾਂ ਕਿ ਨੈਕਸ ਅਸੈਸਿਨ ਇੱਕ ਸੋਹਣਾ ਇੰਪੇਲ ਮਾਰ ਕੇ ਇਹਨਾਂ ਦੇ ਜੋ ਇਰਾਦੇ ਨੇ ਉਹ ਤੋੜ ਦੇ। ਮਿਡ 'ਚ ਦੇਖਿਆ ਜਾਏ ਆਪਾਂ ਲਾਸਟ ਹਿੱਟ ਖੋਲ੍ਹੀਏ, ਹੁਣੇ ਮੌਫਲਿੰਗ ਤਾਂ ਇਕੱਲਾ ਹੀ ਹੈਗਾ, ਅਤੇ ਮੌਫਲਿੰਗ ਦਾ ਤਾਂ ਪੂਰਾ ਫਾਰਮ ਚੱਲ ਰਿਹਾ, ਵਿਚਾਰਾ ਟਾਵਰ ਹੀ ਉਹਦਾ ਫਾਰਮ ਤੋੜ ਰਿਹਾ ਜੇ ਤੋੜ ਵੀ ਰਿਹਾ। ਅਤੇ ਦੂਜੇ ਪਾਸੇ ਆਪਾਂ ਦੇਖਾਂਗੇ ਮਜ਼ੇ ਨਾਲ 2 ਸਪੋਰਟ ਦੇ ਨਾਲ ਲਾਈਫ ਸਟੀਲ ਵੀ ਫਾਰਮ ਸੋਹਣਾ ਕਰ ਰਿਹਾ। ਮਿਡ 'ਚ ਟੈਂਪਲਰ ਅਸੈਸਿਨ ਬਹੁਤ ਸੋਹਣਾ ਫਾਰਮ ਕਰ ਰਹੀ ਹੈ, ਆਪਣਾ ਰਿਫਰੈਕਸ਼ਨ ਯੂਜ਼ ਕਰ ਕਰਕੇ ਉਹਨੂੰ ਡੈਮੇਜ ਬੂਸਟ ਮਿਲਦਾ। ਉੱਤੇ ਦੇਖਿਆ ਜਾਏ ਇਹਨਾਂ ਨੇ ਕੋਸ਼ਿਸ਼ ਕੀਤੀ ਹੈ, ਇਨਸਨੇਅਰ ਪਿਆ ਹੈ ਵੀਵਰ ਦੇ ਉੱਤੇ, ਪਰ ਵੀਵਰ ਬਚ ਗਿਆ। ਨੈਕਸ ਅਸੈਸਿਨ ਦੀ ਪੂਰੀ ਪਲਾਨ ਸੀਗੀ ਵੀ ਮੈਂ ਹੁਣ ਇੰਪੇਲ ਕਰਾਂਗਾ, ਕਿਉਂਕਿ ਇਹਨਾਂ ਨੇ ਜੇ ਮੇਰੇ ਪਲੇਅਰ 'ਤੇ ਇਨੀਸ਼ੀਏਟ ਕੀਤਾ ਵੀ ਹੈ। ਮੌਫਲਿੰਗ ਮਜ਼ੇ ਨਾਲ ਫਾਰਮ ਕਰ ਰਿਹਾ ਥੱਲੇ, ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਪੱਕ ਵੱਲ ਦੇਖਿਆ ਜਾਏ, ਪੱਕ 'ਤੇ
ਟੈਂਪਲਰ ਅਸੈਸਿਨ ਠੀਕ ਨਹੀਂ ਹੈ, ਕੋਲੇ ਕੋਲੇ ਹੀ ਨੇ, 18 ਤੇ 20 ਦਾ ਫਰਕ ਹੈ। Dire's bottom tower is ਇਸ under ਵੇਲੇ attack. ਟੈਂਪਲਰ ਅਸੈਸਿਨ ਦਾ ਮਾਨਾ ਤੇ ਹੈਲਥ ਸਭ ਕੁਝ ਖਤਮ ਹੋ ਗਿਆ ਤੇ Radiant's ਉਹਦੇ ਕੋਲ middle ਕੋਈ ਆਪਸ਼ਨ ਨਹੀਂ tower is ਰਹੇਗੀ under attack. ਵਾਪਸ ਜਾਣ ਦੇ ਸਵਾਏ। ਟੈਂਪਲਰ ਆਪਣਾ ਨੇਚਰ ਪ੍ਰੋਫਿਟ ਉੱਤੇ ਡੀਪੀ ਕਰ ਰਿਹਾ ਆਪਣੇ ਬੇਸ ਨੂੰ ਬਚਾਉਣ ਲਈ, ਟਾਵਰ ਲਈ, ਕਿਉਂਕਿ ਨੇਚਰ ਪ੍ਰੋਫਿਟ ਇਸ ਗੇਮ 'ਚ ਉਹਨੇ ਡਿਸਾਈਡ ਕੀਤਾ ਵੀ ਮੈਂ ਤਾਂ ਜੰਗਲ ਕਰਾਂਗਾ ਅਤੇ ਉਹਨੇ ਮੌਫਲਿੰਗ ਨੂੰ ਪੂਰੀ ਦਿੱਤੀ ਹੋਈ ਹੈ, ਰਾਹ ਖੁੱਲ੍ਹਾ ਛੱਡਿਆ ਹੋਇਆ ਉਹਦੇ ਵਾਸਤੇ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੱਕ ਪੂਰੀ ਕੋਸ਼ਿਸ਼ ਕਰ ਰਿਹਾ ਉਹਦੇ ਰਿਫਰੈਕਸ਼ਨ ਚਾਰਜਸ ਉਡਾਉਣ ਦੇ, ਉਹਨੂੰ ਕੌਂਸਟੈਂਟਲੀ ਹਿੱਟ ਕਰ ਰਿਹਾ, ਅਤੇ ਇਹਦੇ ਲੈਵਲ 6 ਆ ਚੁੱਕਿਆ। ਇਹਦਾ ਲੈਵਲ 6 ਹੁਣੇ ਨਹੀਂ ਆਇਆ, ਲੈਵਲ 5 ਜੀ ਹੈ, ਉਹੀ ਫਰਕ ਹੈ। ਬਹੁਤ ਹੀ ਸੋਹਣਾ ਇੱਥੇ ਮੈਲਡ ਅਟੈਕ ਹੋਇਆ ਪੱਕ 'ਤੇ, ਪਰ ਪੱਕ ਨੇ ਕੁਇਕਲੀ ਆਪਣੀ ਬੋਟਲ ਯੂਜ਼ ਕਰਕੇ ਆਪਣੀ ਹੈਲਥ ਵਾਪਸ ਦਿੱਤੀ, ਅਤੇ ਹੁਣ ਉਹ ਵਾਪਸ ਉਹਦੇ 'ਤੇ ਥੋੜ੍ਹਾ ਜਿਹਾ ਹਾਵੀ ਹੋ ਗਿਆ। ਅਤੇ ਇੱਥੇ ਤੁਸੀਂ ਦੇਖ ਸਕਦੇ ਰਿਫਰੈਕਸ਼ਨ ਚਾਰਜ ਯੂਜ਼ ਕਰਕੇ ਉਹਨਾਂ ਨੇ ਔਰ ਤੋਂ ਆਪਣੇ ਬਚਾ ਕੀਤਾ। ਬਹੁਤ ਹੀ ਸੋਹਣਾ ਸਕੋਰ 1-0 ਹੀ ਚੱਲ ਰਿਹਾ ਹੁਣੇ ਵੀ। ਸ਼ੁਰੂ 'ਚ ਗੇਮ ਦੇ ਸ਼ੁਰੂ 'ਚ ਜੋ ਇੱਕ ਕਿਲ ਹੋਈ ਸੀ ਰੂਬਿਕ ਦੀ, ਉਹੀ ਹੁਣ ਤੱਕ ਬੇਕਰਾਰ ਹੈ, ਉਹਦੇ ਬਾਅਦ ਕੋਈ ਕਿਲ ਨਹੀਂ ਹੋਈ। ਉੱਤੇ ਟ੍ਰਾਈਲੇਨ ਨੇ ਵੀ ਕੋਈ ਕਿਲ ਕਨਵਰਟ ਨਹੀਂ ਕੀਤੀ ਲਾਈਫ ਸਟੀਲਰ ਦੇ ਲਈ। ਵੀਵਰ ਬਹੁਤ ਹੀ ਕੇਅਰਫੁਲੀ ਖੇਡ ਰਿਹਾ ਇਸ ਵੇਲੇ, ਅਤੇ ਇੰਪੇਅਰ ਮਾਰਨ ਦੀ ਪੂਰੀ ਤਿਆਰੀ, ਉਹਨਾਂ ਨੇ ਫੇਕ ਕੀਤਾ ਇੰਪੇਅਰ 2 ਵਾਰੀ, ਔਰ 3ਜੀ ਵਾਰੀ ਇਹਨਾਂ ਨੇ ਜਾ ਕੇ ਪੱਕ ਨੂੰ ਫੜ ਲਿਆ, ਅਤੇ ਨੇਚਰ ਪ੍ਰੋਫਿਟ ਨੇ ਥੱਲੇ ਮੌਫਲਿੰਗ ਨੇ ਨੇਚਰ ਪ੍ਰੋਫਿਟ ਨੂੰ ਮਾਰਤਾ ਥੱਲੇ, ਮੋਸਟ ਪ੍ਰੋਬਲੀ ਵਿਦ ਦ ਹੈਲਪ ਆਫ ਜਕੀਰੋ ਦੇ ਆਈਸ ਪਾਥ ਨਾਲ, ਕਿਉਂਕਿ ਹੁਣੇ ਹੀ ਉਹਦਾ ਕਾਊਂਟਰ ਖਤਮ ਹੋਇਆ ਸੀ। ਅਤੇ ਇਹ ਆਪਾਂ ਕਿਲ ਮਿਸ ਕਰਤੀ ਕਿਉਂਕਿ ਆਪਾਂ ਪੱਕ ਵੱਲ ਜ਼ਿਆਦਾ ਧਿਆਨ ਦੇ ਰਹੇ ਸੀ। ਪੱਕ ਮਜ਼ੇ ਨਾਲ ਹੁਣ ਫਾਰਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਫਾਰਮ ਕਰਨ ਨੂੰ ਨਹੀਂ ਮਿਲ ਰਿਹਾ, ਉਹ ਡਿਨਾਈ ਕਰੀ ਜਾ ਰਹੇ ਨੇ ਉਹਨੂੰ, ਅਤੇ ਬਹੁਤ ਹੀ ਸੋਹਣਾ ਖੇਡ ਰਹੇ ਨੇ। ਤੁਸੀਂ ਦੇਖ ਸਕਦੇ ਹੋ ਵੀ 30 ਲਾਸਟ ਹਿੱਟ ਅਤੇ 18 ਡਿਨਾਈ ਨੇ, ਬਹੁਤ ਸੋਹਣਾ ਖੇਡ ਰਹੇ ਨੇ। ਇੱਧਰ ਨਿਕਸ ਅਸੈਸਿਨ ਆਪਣਾ ਆ ਗਏ ਨੇ, ਡਬਲ ਡੈਮੇਜ ਰੂਨ ਔਨ ਹੋ ਗਿਆ, ਹੁਣ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਡੈਮੇਜ ਹੈ ਜੇ ਮੈਲ ਸਟ੍ਰਾਈਕ ਕਰਦੇ ਨੇ ਇਸ ਵੇਲੇ, ਅਤੇ ਮਤਲਬ ਕਿ ਆਲਮੋਸਟ ਮੈਂ ਕਹਿ ਸਕਦਾ ਵੀ 2 ਹਿੱਟ 'ਚ ਬੰਦਾ ਮਰ ਸਕਦਾ ਅਗਲਾ। ਪਰ ਹੁਣ ਪੱਕ ਨੂੰ ਪਤਾ ਵੀ ਇਹੋ ਜਿਹੀ ਗੱਲ ਆ ਗਈ ਹੈ, ਅਤੇ ਪੱਕ ਦਾ ਪਲਾਨ ਇਹੀ ਹੈ ਕਿ ਆਪਾਂ ਥੋੜ੍ਹਾ ਜਿਹਾ ਪਿੱਛੇ ਰਹਿਣਾ ਇਹਦੇ ਤੋਂ, ਕਿਉਂਕਿ ਇਹ ਤਾਂ ਬੜਾ ਗਲੋ ਕਰ ਰਿਹਾ। ਓਏ ਹੋਏ ਹੋਏ, ਤੁਸੀਂ ਦੇਖਿਆ ਉੱਥੇ ਕਿ ਬਹੁਤ ਸੋਹਣੀ ਸਾਈਬਲੇਟ ਨਾਲ ਉਹ ਹੋਇਆ, ਕੀ ਕਹਿੰਦੇ ਆ, ਸੋਰੀ, ਜੋ ਜੋ ਰਿਫਲੈਕਸ਼ਨ ਰਿਫਲੈਕਟ ਕਰਦਾ ਡੈਮੇਜ, ਇੰਨਾ ਹੀ ਡੈਮੇਜ ਕਿ ਪੱਕ ਦੀ ਆਲਮੋਸਟ ਜਾਨ ਨਿਕਲ ਗਈ ਇੱਥੇ, ਅਤੇ ਪੱਕ ਨੇ ਪੂਰੀ ਕੋਸ਼ਿਸ਼ ਕੀਤੀ ਆਪਣਾ ਫੇਜ਼ ਆਊਟ ਕਰਨ ਦੀ, ਪਰ ਫਿਰ ਵੀ ਡੈਮੇਜ ਲੈਂਦੇ ਹੋਏ। ਹੁਣ ਪੱਕ ਕੋਲ ਬੋਟਲ ਹੈਗੀ, ਉਹਨੂੰ ਮੇਰੇ ਹਿਸਾਬ ਨਾਲ ਤਾਂ ਚਾਰਜ ਕਰ ਲੈਣਾ ਚਾਹੀਦਾ, ਅਤੇ ਪੱਕ ਹੁਣ ਪੂਰਾ ਭੱਜਣ ਦੀ ਕੋਸ਼ਿਸ਼, ਅਤੇ ਬਹੁਤ ਹੀ ਚੰਗਾ ਪਲੇ ਦਿਖਾ ਰਹੇ ਨੇ ਸਾਨੂੰ ਟੈਂਪਲਰ ਅਸੈਸਿਨ, ਜੋ ਹੁਣ ਫੇਸਬੁੱਕਸ ਲੈ ਕੇ ਅੰਦਰ ਵੜ ਗਏ ਨੇ, ਅਤੇ ਇੱਥੇ ਟੈਲੀਕਨੈਸਿਸ ਕੀਤੀ ਰੂਬਿਕ ਨੇ, ਮਰਨ ਦੀ ਪੂਰੀ ਕੋਸ਼ਿਸ਼, ਟ੍ਰੀਜ਼ ਆ ਗਏ ਨੇ, ਸਪਰਾਊਟਸ ਹੋ ਗਏ ਨੇ, ਪਰ ਇਹਨਾਂ ਨੇ ਇਨਵਿਜ਼ਿਬਿਲਿਟੀ ਯੂਜ਼ ਕਰ ਲਈ ਹੈ, ਪਰ ਇਹਨਾਂ ਕੋਲ ਕੋਈ ਡਸਟ ਨਹੀਂ ਹੈਗਾ ਰਿਵੀਲ ਕਰਨੇ। ਪੱਕ ਦੇ ਉੱਤੇ ਇੱਕ ਮੈਲ ਸਟ੍ਰਾਈਕ ਪਈ, ਮੈਲ ਸਟ੍ਰਾਈਕ ਹੁਣੇ ਰੈਡੀ ਹੈ, ਅਤੇ ਰਿਫਰੈਕਸ਼ਨ ਚਾਰਜਸ ਵੀ ਰੈਡੀ ਨੇ ਜੇ ਯੂਜ਼ ਕਰਨਾ ਚਾਹੁੰਦੇ, ਅਤੇ ਇਹਨਾਂ ਨੇ ਹੁਣ ਆਪਣਾ ਰੀਜਨ ਰੂਨ ਚੱਕਿਆ। ਇਹਨਾਂ ਨੂੰ ਪੂਰੀ ਕੋਸ਼ਿਸ਼ ਸੀ ਕਿ ਆਪਾਂ ਟਾਵਰ ਦੇ ਉੱਤੇ ਚੜਾ ਦਈਏ, ਪਰ ਨਾ ਹੋ ਸਕਿਆ। ਪੱਕ ਪੱਕ ਜ਼ਿੰਦਾ ਨੇ ਹੁਣੇ ਵੀ, ਪੱਕ ਦੀ ਮੌਤ ਹੋਈ, ਐਂਥੇਅਰ ਪਾਤਾ ਇਹਨਾਂ ਦੇ ਉੱਤੇ, ਅਤੇ ਆਪਣਾ ਟ੍ਰੈਪ ਡੂ ਕਰਕੇ ਦੋਵੇਂ ਬੰਦੇ ਆਈਸ ਪਾਸ 'ਚ ਫੜੇ ਗਏ, ਅਤੇ ਹੁਣ ਨਾਗਾ ਸਾਇਰਨ ਥੋੜ੍ਹਾ ਮੈਲ ਸਟ੍ਰਾਈਕ ਖਾ ਕੇ ਥੋੜ੍ਹਾ ਜਿਹਾ ਹੋ ਸਕਦਾ, ਪਰ ਰਿਫਰੈਕਸ਼ਨ ਯੂਜ਼ ਕਰਦੇ ਹੋਏ ਇਹਨਾਂ ਨੇ ਡਿਸਾਈਡ ਕੀਤਾ ਕਿ ਆਪਾਂ ਵਾਪਸ ਚੱਲੀਏ, ਕਿਉਂਕਿ ਇਹਨਾਂ ਦੇ 3 ਪਲੇਅਰ ਇੱਥੇ ਘੁੰਮ ਰਹੇ ਸੀ, ਤਿੰਨਾਂ ਨੇ ਬਹੁਤ ਹੀ ਡੈਮੇਜ ਕਰ ਸਕਦੇ। ਵਾਪਸ ਹੁਣ ਥੋੜ੍ਹਾ ਜਿਹਾ ਕਾਮ ਡਾਊਨ ਹੋਇਆ ਜੀ, ਮਹਾਭਾਰਤ ਇੱਥੇ ਖਤਮ ਹੋਈ ਹੈ ਥੋੜ੍ਹੀ ਜਿਹੀ, ਅਤੇ ਤੁਸੀਂ ਦੇਖ ਸਕਦੇ ਹੋ ਬਈ ਐਜ਼ ਐਕਸਪੈਕਟਿਡ ਮੌਰਫਲਿੰਗ ਸਾਰੇ ਤੋਂ ਅੱਗੇ ਆ, ਥੋੜ੍ਹੀ ਜਿਹੀ ਜ਼ਿਆਦਾ ਲਾਸਟ ਹਿੱਟ ਮੈਂ ਐਕਸਪੈਕਟ ਕਰ ਰਿਹਾ ਸੀ ਮੌਰਫਲਿੰਗ ਤੋਂ, ਜੋ ਕਿ ਨਹੀਂ ਹੋਇਆ, ਕਿਉਂਕਿ ਉਹ 3 ਤੇਰ ਪਿਆ ਉਹਦੇ 'ਤੇ, ਉਹਨੂੰ ਮੌਕਾ ਹੀ ਨਹੀਂ ਦਿੱਤਾ ਇਹਨਾਂ ਨੇ ਆਪਣਾ ਬੇਲ ਕਰਨ ਦਾ, ਪਰ ਉਹਦੀ ਜਾਨ ਹੀ ਕੱਢ ਲਈ ਉਹਨਾਂ ਨੇ, ਅਤੇ ਇੱਥੇ ਲਾਈਫ ਸਟੀਲਰ ਨੂੰ ਇੱਕ ਕਿਲ ਮਿਲਦੀ ਹੋਈ। ਲਾਈਫ ਸਟੀਲਰ ਗੁੜ ਚੱਲ ਰਿਹਾ ਸੋਫਰ, ਜੋ ਮੈਂ ਪਿੱਛੇ ਕੱਲ ਕਰ ਰਿਹਾ ਸੀ ਉਹ ਇਹ ਸੀਗੀ ਵੀ ਮੈਂ ਮੇਰੇ ਕੋਲ ਇਹ ਸੀਗਾ ਕਿ ਮੌਫਲਿੰਗ ਥੋੜ੍ਹੀ ਜ਼ਿਆਦਾ ਮੈਂ ਚਾਹੁੰਦਾ ਸੀ ਮੇਰੇ ਵੱਲੋਂ ਕਿ ਵੀ ਲਾਸਟ ਹਿੱਟ ਮਿਲੇ, ਪਰ ਇਹ ਉਹ ਨਹੀਂ ਚੱਲ ਰਿਹਾ ਸਾਰਾ ਕੁਝ, ਅਤੇ ਪੱਕ ਵੈਸੇ ਹੀ ਫੇਜ਼ ਆਊਟ ਕਰਕੇ ਉੱਧਰ ਚਲੇ ਗਏ। ਤੁਹਾਨੂੰ ਇੱਕ ਹੋਰ ਸਟੈਟ ਮਿਲਿਆ, ਟੀਮ ਈਵਲ ਮਾਈਂਡਸ ਹੈਜ਼ ਬੀਨ ਐਕਟਿਵ ਇਨ ਡੋਟਾ 2 ਇੰਡੀਆ ਫੋਰ ਦ ਲਾਸਟ 2 ਈਅਰਸ।
ਤੇ ਪਾਕਿਸਤਾਨ ਤੋਂ ਬਾਹਰ ਨਿਕਲਦੇ ਹੋਏ ਇਨ ਦ ਵਿਨਰ ਆਫ ਬਿਟਸ ਪਿਲਾਨੀ ਡੋਟਾ ਚੈਂਪੀਅਨਸ਼ਿਪ ਬਿਟਸ ਪਿਲਾਨੀ ਤਾਂ ਇਜ਼ ਅ ਪਲੇਸ ਕਿ ਵੀ ਮੈਂ ਜਾ ਕੇ ਦੇਖਿਆ ਹੈ ਬਹੁਤ ਚੰਗੀ ਜਗ੍ਹਾ ਮਿਡਲ ਟਾਵਰ ਜਾ ਚੁੱਕਿਆ ਇੱਥੇ ਵੀਵਰ ਪੂਰੀ ਕੋਸ਼ਿਸ਼ ਕਰ ਰਿਹਾ ਇਕੱਲਾ ਇੱਥੇ ਲਾਸਟ ਹਿਟ ਵਗੈਰਾ ਲੈਣ ਦਾ ਅਤੇ ਪੂਰੀ ਕੋਸ਼ਿਸ਼ ਕਾਮਯਾਬ ਹੈ ਉਹਦੀ ਕਾਫੀ ਕੋਲ ਹੈ ਲਾਈਫ ਸਟੀਲਰ ਦੇ ਅਤੇ ਆਈਸ ਪਾਸ ਦੀ ਕੋਸ਼ਿਸ਼ ਨਹੀਂ ਫਾਇਰ ਬ੍ਰੈਥ ਕਰਤੀ ਡੋਰ ਬ੍ਰੈਥ ਸੋਰੀ ਅਤੇ ਇੱਧਰ ਤੁਸੀਂ ਦੇਖ ਸਕਦੇ ਹੋ ਪੱਕ ਦੀ ਪੂਰਾ ਏਮ ਹੈਗਾ ਕਿ ਇਹਨੂੰ ਅਸੀਂ ਤੰਗ ਕਰਨਾ ਅਤੇ ਪੱਕ ਹੁਣ ਆਰਾਮ ਨਾਲ ਟੀ ਪੀ ਕਰਕੇ ਸੋਰੀ ਫੇਜ਼ ਉੱਥੇ ਕਰਕੇ ਫਿਰ ਸ਼ਿਫਟ ਕਰਨ ਦੇ ਬਾਅਦ ਔਰਬ 'ਤੇ ਆਪਣਾ ਰੀਪੋਜੀਸ਼ਨ ਕਰ ਲਿਆ ਉਹਨਾਂ ਨੇ ਇੱਥੇ ਹੌਲੀ ਹੌਲੀ ਆ ਰਹੇ ਨੇ ਇਨਵਿਜ਼ਿਬਿਲਟੀ ਰੂਨ ਲੈ ਕੇ ਆਪਣਾ ਟੈਂਪਲਰ ਅਸੈਸਿਨ ਜੀ ਇੱਕ ਸੋਹਣੀ ਮਲਟ ਸਟ੍ਰਾਈਕ ਪੱਕ ਨੂੰ ਕਾਫੀ ਡੈਮੇਜ ਕਰ ਸਕਦੀ ਹੈ ਪੱਕ ਦੀ ਹਾਲਤ ਇੰਨੀ ਜ਼ਿਆਦਾ ਨਹੀਂ ਹੁੰਦੀ ਉਹ ਬਸ ਕਾਫੀ ਸਕੁਸ਼ੀ ਹੀਰੋ ਹੈ ਅਤੇ ਉਹ ਡਿਪੈਂਡ ਕਰਦਾ ਆਪਣੇ ਕੀ ਕਹਿੰਦੇ ਆ ਫੇਸ ਸ਼ਿਫਟ ਵਗੈਰਾ 'ਤੇ ਕਿ ਉਹਨੂੰ ਉਹਨੂੰ ਡੈਮੇਜ ਹੁਣ ਬਹੁਤ ਹੀ ਸੋਹਣਾ ਵੇਟ ਕਰ ਰਹੇ ਨੇ ਥੋੜ੍ਹਾ ਪੱਕ ਥੋੜ੍ਹਾ ਜਿਹਾ ਕੰਸਰਨਡ ਹੈ ਹੁਣ 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 ਟਾਈਮ ਆ ਗਿਆ ਇੱਕ ਬਹੁਤ ਸੋਹਣੀ ਮੈਲ ਸਟ੍ਰਾਈਕ ਹੋਈ ਇੱਥੇ ਮਜ਼ਾ ਆ ਗਿਆ ਅਤੇ ਔਰਬ ਦੇ ਉੱਤੇ ਉਹਨਾਂ ਨੇ ਟੀ ਪੀ ਕੀਤਾ ਔਰ ਇੱਥੇ ਅਲਟੀ ਯੂਜ਼ ਕਰਕੇ ਇਹਨਾਂ ਨੇ ਕੀਤਾ ਉਹ ਉਹਨਾਂ ਨੇ ਓਏ ਹੋਏ ਹੋਏ ਕਿਆ ਸੋਹਣਾ ਵੇਵ ਫਾਰਮ ਮਾਰਿਆ ਉੱਥੇ ਅਤੇ ਇਹਨਾਂ ਨੇ ਪੱਕ ਦੀ ਜਾਨ ਹੀ ਕੱਟ ਲਈ ਉਸ ਵੇਲੇ ਅਤੇ ਸਕੋਰ ਹੁਣ ਹੋ ਗਿਆ 4-1 ਇਨ ਫੇਵਰ ਆਫ EM ਈਵਲ ਮਾਈਂਡਸ ਬਹੁਤ ਸੋਹਣਾ ਖੇਡ ਰਹੇ ਨੇ ਅਤੇ ਦੂਜੇ ਪਾਸੇ ਸਿਰਫ ਉਹਨਾਂ ਕੋਲ ਇੱਕ ਕਿਲ ਹੀ ਹੈ ਅਤੇ ਹੁਣ ਇਹਨਾਂ ਦੇ Tier 1 ਟਾਵਰਸ ਤਾਂ ਗਿਰ ਗਏ ਨੇ ਦੋ ਅਤੇ ਤੀਜਾ ਥੋੜ੍ਹਾ ਜਿਹਾ ਹੁਣ ਟ੍ਰਬਲ 'ਚ ਹੈ ਕਾਫੀ ਘੁੱਟ ਖਾ ਰਿਹਾ ਇਸ ਵੇਲੇ Dire's bottom tower is under attack. Nature's Prophet ਦਾ ਥੋੜਾ ਜਿਹਾ ਪਿੱਛੇ ਚੱਲ ਰਿਹਾ ਕੰਮ ਉਹਦਾ ਹੈਂਡ ਆਫ ਮਿਡਾਸ ਨਹੀਂ ਬਣਿਆ ਉਹਨੇ ਪਹਿਲਾਂ ਰਿੰਗ ਆਫ ਬੈਸਲੈਸ ਆਪਣੀ ਪੂਰੀ ਕੀਤੀ ਅਤੇ ਹੁਣ ਹੈਂਡ ਆਫ ਮਿਸਾਸ ਉਹਦਾ ਬਣ ਜਾਣਾ ਚਾਹੀਦਾ ਹੋ ਗਿਆ ਹੁਣ ਕੁਰੀਅਰ 'ਚ ਆ ਰਿਹਾ ਅਤੇ ਹਾਂ ਇਹ ਲਓ ਜੀ ਉਹਦਾ ਰੈਸਪੀ ਆ ਗਈ ਹੈ ਪਿੱਛੇ ਪਿੱਛੇ ਅਤੇ ਹੁਣ ਮਜ਼ੇ ਨਾਲ ਇਹਨੇ ਯੂਜ਼ ਕਰ ਲਿਆ ਨਾਲ ਦੀ ਨਾਲ ਇਹਨੇ ਸਕੂਚੀ ਕਰ ਲਈ ਹੈ ਅਤੇ ਹੁਣ ਰੂਬਿਕ ਵਿਦ ਸਕੂਚੀ ਬਹੁਤ ਹੀ ਸਟਰੋਂਗ ਹੋ ਜਾਂਦਾ ਕਿਉਂਕਿ ਟੈਕਨੀਕਲੀ ਉਹਦੇ ਕੋਲ ਟੈਲੀਕਨੇਸਿਸ ਔਰ ਸਕੂਚੀ ਇਕੱਠੇ ਯੂਜ਼ ਕਰਕੇ ਉਹ ਇਨੀਸ਼ੀਏਟ ਫਾਈਟ ਕਰ ਸਕਦਾ ਹੈ ਬੰਦੇ ਨੂੰ ਗੈਂਗ ਕਰ ਸਕਦਾ ਥੱਲੇ ਦੇਖਿਆ ਜਾਏ ਪੱਕ ਥੋੜ੍ਹੇ ਮਾੜੇ ਹਾਲਤ ਹੀ ਹੈ 12 ਮਿੰਟ ਹੋ ਗਏ ਨੇ ਅਤੇ ਇੱਥੇ ਡਬਲ ਡੈਮੇਜ ਰੂਨ ਆ ਗਿਆ ਟੈਂਪਲਰ ਅਸੈਸਿਨ ਵੈਰੀ ਨਾਈਸ ਪਲੇ ਟੈਂਪਲਰ ਅਸੈਸਿਨ ਕਰ ਰਹੀ ਹੈ ਅਤੇ ਰੂਨ ਕੰਟਰੋਲ ਬਹੁਤ ਹੀ ਸੋਹਣਾ ਅਤੇ ਰੂਨ ਨੂੰ ਪ੍ਰੋਪਰਲੀ ਇਸਤੇਮਾਲ ਵੀ ਹੋ ਰਿਹਾ ਅਤੇ ਡਬਲ ਡੈਮੇਜ ਰੂਨ ਨੂੰ ਹੁਣ ਦੇਖਦੇ ਹਾਂ ਆਪਾਂ ਟੈਂਪਲਰ ਅਸੈਸਿਨ ਕਿਵੇਂ ਯੂਜ਼ ਕਰਦੀ ਹੈ ਆਪਾਂ ਥੋੜ੍ਹਾ ਗ੍ਰਾਫ ਪੁੱਲ ਆਊਟ ਕਰੀਏ ਅਫਕੋਰਸ ਸਾਨੂੰ EM ਦੇ ਫੇਵਰ 'ਚ ਹੀ ਦਿਸਣਾ ਚਾਹੀਦਾ ਅਤੇ 5000 'ਤੇ ਬੈਠਾ ਹੈ ਦੋਵੇਂ ਜਸਟ ਅਬਵ 5000 ਐਕਸਪੀਰੀਅੰਸ ਅਤੇ ਗੋਲਡਨ ਜੇ ਆਪਾਂ ਆਈਟਮਸ ਦੇਖੀਏ ਆਲਮੋਸਟ ਹਰ ਇੱਕ ਬੰਦੇ ਕੋਲ ਸ਼ੂਜ਼ ਹੈਗੇ ਨੇ ਆਲਰੇਡੀ ਇੱਕ ਸ਼ੂਜ਼ ਹੀ ਇੱਕ ਪਹਿਲੀ ਚੀਜ਼ ਹੈ ਜੋ ਮੈਂ ਦੇਖਦਾ ਇੱਥੇ ਸ਼ੈਡੋ ਬਲੇਡ ਕੰਪਲੀਟ ਹੋ ਗਿਆ ਔਰ ਬਹੁਤ ਹੀ ਸੋਹਣਾ ਇੱਥੇ ਇਹਨਾਂ ਨੇ ਕੀਤਾ ਇਨੀਸ਼ੀਏਸ਼ਨ ਪਰ ਪੱਕ ਨੇ ਕੁਇਕਲੀ ਸਟੇਜ ਸ਼ਿਫਟ ਕਰਕੇ ਉੱਥੇ ਭੱਜਣ ਦੀ ਪੂਰੀ ਕੋਸ਼ਿਸ਼ ਅਤੇ ਟੈਂਪਲਰ ਅਸੈਸਿਨ ਕਿਲ ਵਿੱਚ ਕਨਵਰਟ ਨਹੀਂ ਕਰ ਪਾਏ ਉਹਨਾਂ ਕੋਲ ਡਬਲ ਡੈਮੇਜ ਰੂਨ ਸੀਗਾ ਪਰ ਉੱਥੇ ਪੱਕ ਨੇ ਇਮੀਡੀਏਟਲੀ ਫੇਸ ਸ਼ਿਫਟ ਕਰਕੇ ਨਾਲ ਦੀ ਨਾਲ ਲਾਈਫ ਸਟਿਲ ਦੀ ਹੈਲਪ ਨਾਲ ਉਹ ਬਾਹਰ ਨਿਕਲ ਪਾਏ ਉੱਧਰੋਂ ਦੇਖ ਸਕਦੇ ਮਜ਼ੇ ਨਾਲ ਫਾਰਮ ਕਰ ਰਹੇ ਨੇ ਇੱਥੇ ਅਤੇ ਤੁਸੀਂ ਦੇਖ ਸਕਦੇ ਹੋ ਕਿ ਰੇਂਜ ਕਰੀਬ ਕਿੰਨਾ ਕੁ ਕਰ ਸਕਦਾ ਹੈ ਡੈਮੇਜ ਅਬਜ਼ੋਰਬ ਅਤੇ ਕਿੰਨਾ ਕੁ ਡੈਮੇਜ ਡਿਸ਼ ਆਊਟ ਵੀ ਕਰ ਸਕਦਾ ਇਹ ਕੌਂਸਟੈਂਟਲੀ ਲੇਨ ਨੂੰ ਪੁੱਲ ਕਰ ਰਹੇ ਨੇ ਦੇਖ ਸਕਦੇ ਪੱਕ ਦੇ ਅੰਦਰ ਵਾਹ 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 ਮਿਸੀ ਕਰਤਾ ਇੱਥੇ ਲਾਈਫ ਸਟੀਲ ਬਾਹਰ ਨਿਕਲੇ ਜ਼ਕੀਰੋ ਦੀ ਜਾਨ ਕੱਢ ਲਈ ਉਹਨਾਂ ਨੇ ਅਤੇ ਲਾਈਫ ਸਟੀਲ ਰੇਂਜ ਪੂਰੇ ਗੁੱਸੇ 'ਚ ਲੱਭ ਰਹੇ ਨੇ ਹੁਣ ਟੈਂਪਲਰ ਅਸੈਸਿਨ ਨੂੰ ਜੋ ਕਿ ਇਸ ਵੇਲੇ ਟ੍ਰੇਂਟ ਦੇ ਅੰਦਰ ਵਿਚਕਾਰ ਖੜੀ ਹੈ ਇੱਥੇ ਬਗਸ ਤੁਸੀਂ ਗਏ ਸੀ ਦੇਖੇ ਸੀ ਉੱਡਦੇ ਹੋਏ ਜੋ ਪੱਕ ਦੇ ਉੱਤੇ ਲੱਗਾ ਹੋਇਆ ਪੱਕ ਕਾਫੀ ਡੈਮੇਜ ਲੈ ਸਕਦਾ ਅਤੇ ਹੁਣ ਨੇਰ ਹੋ ਗਏ ਹੈ ਅਤੇ ਉਹਨਾਂ ਨੇ ਪੱਕ ਦੀ ਜਾਨ ਕੱਢ ਲਈ ਉਹਨਾਂ ਨੇ ਕਾਫੀ ਕੁਛ ਉੱਥੇ ਇੱਥੇ ਹੋ ਰਿਹਾ ਜੋ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਅਤੇ ਆਪਾਂ ਹੁਣ ਧਿਆਨ ਦੇਈਏ ਮਾੜਾ ਜਿਹਾ ਅਤੇ ਦੇਖ ਸਕਦੇ ਹੋ ਟੀਮ ਪੂਰੀ ਬੈਕ ਫੁੱਟ 'ਤੇ ਹੈ ਅਤੇ ਹੁਣ ਇਹ ਟਾਵਰ ਦੀ ਬਚਣ ਦੇ ਚਾਂਸਿਸ ਬਹੁਤ ਘੱਟ ਨੇ ਨਾਗਾ ਸਾਇਰਨ ਕੋਸ਼ਿਸ਼ ਕਰੇਗੀ ਕਿ ਆਪਾਂ ਨਾਗਾ ਸਾਇਰਨ ਟ੍ਰਬਲ ਨਾ ਹੋ ਨਾਗਾ ਸਾਇਰਨ ਆਇਸ ਪਾਸ ਸਭ ਕੁਛ ਕਿਆ ਸੋਹਣਾ ਇਸ ਪਾਸ ਮਾਰਿਆ ਇਹਦੇ ਜ਼ਕੀਰੋ ਨੇ ਅਤੇ ਨਾਗਾ ਸਾਇਰਨ ਨੇ ਕਿਲ ਸਿਕਿਓਰ ਕਰ ਲਈ ਇਹਨਾਂ ਨੇ ਟਾਵਰ ਵੀ ਲੈ ਲਿਆ ਇਹਨਾਂ ਨੇ ਅਤੇ ਹੁਣ ਅਗਲੇ ਟਾਵਰ ਦੀ ਇਹਨਾਂ ਦੀ ਅੱਖ ਨੇਚਰ ਪ੍ਰੋਫਿਟ ਜ਼ਿਆਦਾ ਕੁਛ ਨਹੀਂ ਕਰ ਸਕਦਾ ਇਹਦੇ ਕੋਲ ਨਾ ਹੀ ਕੋਈ ਆਈਟਮ ਹੈਗੀ ਹੈ
ਨਾ ਹੀ ਦੇਖੋ ਮਾਨਾ ਮੁਨਾ ਹੈਗਾ ਜਿਹਦੇ ਨਾਲ ਇਹ ਦੂਜੇ ਪਾਸੇ ਜਾ ਕੇ ਪੁਸ਼ ਕਰ ਪਾਏ। ਇੱਥੇ ਨਿਕਸ ਅਸੈਸਿਨ ਇਸ ਟਾਈਮ ਨੂੰ ਯੂਜ਼ ਕਰ ਰਿਹਾ ਫਾਰਮ ਕਰਨ ਨੂੰ, ਵਧੀਆ ਗੱਲ ਹੈ। ਅਤੇ ਪੱਕ ਵੀ ਹੁਣ ਵਿਚਾਰਾ ਬਹੁਤ ਵਾਰੀ ਮਰ ਚੁੱਕਿਆ, ਹੁਣ ਇਹ ਕੋਸ਼ਿਸ਼ ਕਰੇਗਾ ਵੀ ਆਪਾਂ ਵੀ ਕੋਈ ਫਾਰਮ ਫੂਰਮ ਲੈ ਲਈਏ। ਬਹੁਤ ਸੋਹਣਾ ਸਪਾਈਕ ਕਰ ਪਿਆ ਸੀ ਯਾਰ, ਉਹ ਨਾਲ ਦੀ ਨਾਲ ਉਹ ਡੈਮੇਜ ਰਿਫਲੈਕਟ ਕਰ ਦਿੰਦਾ ਵਾਪਸ ਜਿੰਨਾ ਹੁੰਦਾ। ਮਾੜੇ ਇੱਥੇ Dire's middle ਦੇ ਚ tower ਪ੍ਰੋਫਿਟ, is ਪੂਰੀ under ਕੋਸ਼ਿਸ਼ attack. ਕੀਤੀ ਆਪਾਂ ਟਾਵਰ ਨੂੰ ਬਚਾ ਕੇ ਰੱਖੀਏ। ਆਪਾਂ ਜੇ ਰੇਡੀਅੰਟ ਦੇ ਟਾਵਰ ਦੇਖੀਏ, ਪੂਰੇ ਚੰਗੀ ਚੰਗੀ ਹੈਲਥ 'ਚ ਖੜੇ ਨੇ ਸਾਰੇ, ਅਤੇ ਰੇਡੀਅੰਟ ਬਹੁਤ ਹੀ ਸੋਹਣਾ ਖੇਡ ਰਹੀ ਹੈ ਇੱਥੇ ਈਵਲ ਮਾਈਂਡਸ, ਅਤੇ ਇਹਨਾਂ ਨੇ ਪੱਕ 'ਤੇ ਹਾਵੀ ਹੋ ਗਏ ਨੇ ਇਸ ਵੇਲੇ, ਅਤੇ ਬਹੁਤ ਹੀ ਸੋਹਣਾ ਇੱਥੇ ਇਹਨਾਂ ਨੇ ਵੇਵ ਫਾਰਮ ਕਰਕੇ ਪੱਕ ਦੀ ਕਿਲ ਸਿਕਿਓਰ ਕੀਤੀ। ਪੱਕ ਦਾ ਇਸ ਗੇਮ 'ਚ ਬੁਰਾ ਹਾਲ ਹੀ ਕੀਤਾ ਹੋਇਆ ਇਸ ਵੇਲੇ, ਜੇ ਤੁਸੀਂ ਸਕੋਰ ਦੇਖੋ ਤੇ ਪੱਕ 4 ਵਾਰੀ ਮਰ ਚੁੱਕਿਆ ਇਸ ਵੇਲੇ। ਤੇ ਕਿਲਸ ਦੇਖੀਏ ਤੇ ਟੈਂਪਲਰ ਅਸੈਸਿਨ ਨੇ 4 ਕਿਲ ਸਿਕਿਓਰ ਕਰ ਲਈਆਂ ਨੇ, ਤੇ ਵੀਵਰ ਨੇ 2 ਕਿਲ ਸਿਕਿਓਰ ਕੀਤੀਆਂ ਨੇ, ਤੇ ਆਪਣਾ ਮੌਫਲਿੰਗ ਹੈ ਜਿਨ੍ਹਾਂ ਨੇ 3 ਕਿਲਸ ਲੈ ਲਈਆਂ ਨੇ। Dire's ਬਹੁਤ ਹੀ bottom ਚੰਗਾ ਗੇਮ tower ਪਲੇ is ਚੱਲ ਰਿਹਾ under ਇੱਥੇ, attack. ਤੇ ਹੁਣ ਇਹ Radiant's ਟਾਵਰ ਦੇ middle ਉੱਤੇ tower ਹਾਵੀ ਹੋ is ਚੁੱਕੇ ਨੇ under ਇਸ ਵੇਲੇ। attack. ਆਪਾਂ ਬਾਕੀ ਧਿਆਨ ਰੱਖੀਏ ਆਪਣਾ ਵੀਵਰ ਤੇ, ਵੀਵਰ ਮਜ਼ੇ ਨਾਲ ਫਾਰਮ ਕਰ ਰਿਹਾ। ਵੀਵਰ ਦਾ ਪਰਸੀਵਰੈਂਸ ਬਣ ਚੁੱਕੀ ਹੈ, ਔਰ ਮੋਸਟ ਪ੍ਰੋਬਲੀ ਇਹਨਾਂ ਨੇ Dire's ਉਹ bottom ਬਣਾਉਣਾ tower is under attack. ਲਿੰਕਨ ਸਫੇਅਰ। ਇੱਥੇ ਇਨੀਸ਼ੀਏਸ਼ਨ ਦੀ ਪੂਰੀ ਕੋਸ਼ਿਸ਼, ਬਹੁਤ ਹੀ ਚੰਗੀ ਲੀਸ਼ ਇੱਥੇ ਆਈ, 2 ਹੀਰੋ ਫੜੇ ਗਏ ਨੇ ਲੀਸ਼, ਜਕੀਰੋ ਡਾਊਨ ਗਿਆ, ਤੇ ਮੌਫਲਿੰਗ ਹੁਣ ਕੀ ਕਰ ਸਕਦਾ, ਮੌਫਲਿੰਗ ਵੇਟ ਕਰ ਰਿਹਾ, ਹੁਣ ਵੇ ਫਾਰਮ ਕਰਕੇ ਬਾਹਰ ਜਾ ਸਕਦਾ, ਪਰ ਮੌਫਲਿੰਗ ਨੇ ਅੰਦਰ ਹੀ ਵੇ ਫਾਰਮ ਕੀਤੀ ਤੇ ਇੱਕ ਕਿਲ ਸਿਕਿਓਰ ਕਰ ਲਈ ਰੂਬਿਕ ਦੀ। ਹੁਣ ਮੌਫਲ ਸੋਚ ਰਿਹਾ ਹੁਣ ਮੈਂ ਕੀ ਖਾਣਾ, ਗਾਣਾ ਗਾ ਕੇ, ਤੇ ਟ੍ਰੀ ਤੋਂ ਸਪਰਾਊਟ ਮਿਸ ਹੋ ਗਏ, ਤੇ ਮੌਫਲਿੰਗ ਹੁਣੇ ਵੀ ਜਿੰਦਾ, ਤੇ ਮੈਗਾ ਕਿਲ ਹੋ ਗਈ ਇੰਪੇਲ ਕਰਕੇ, ਤੇ ਹੁਣ ਟੈਂਪਲਰ ਅਸੈਸਿਨ ਨੇ ਕਿਆ ਡੈਮੇਜ ਮਾਰ ਰਹੀ ਹੈ ਟੈਂਪਲਰ ਅਸੈਸਿਨ, ਤੇ ਕੀ ਇਹਨੂੰ ਫੜ ਸਕੇਗੀ, ਅਲਟੀ ਯੂਜ਼ ਕੀਤੀ ਆਪਣੀ ਟ੍ਰੈਪ ਨਾਲ, Dire's top ਤੇ tower ਫੋਲੋ is ਪੂਰੀ under ਕਰ ਰਹੀ ਹੈ attack. ਹੁਣ। ਓਏ ਹੋਏ ਹੋਏ ਹੋਏ, ਉਹ ਆਪਣੇ ਪੂਰੀ ਕਿਲ ਕਰਕੇ ਆਈ ਹੈ, ਘਰ ਦੇ ਅੰਦਰ ਮਾਰ ਕੇ ਆਈ ਹੈ ਗੋਲੀ ਉਹਨੂੰ ਮੂੰਹ ਤੇ, ਤੇ ਕਰ ਕਰਾ ਕੇ ਵਾਪਸ ਬੇਸ ਟੀਪੀ ਮਾਰਿਆ। ਇੱਥੇ ਪੱਕ ਲੱਭ ਰਿਹਾ ਕਿਸੇ ਨੂੰ ਕਿ ਵੀ ਮੈਨੂੰ ਕੋਈ ਮਰਦਾ ਮੁਰਦਾ ਬੰਦਾ ਲੱਭ ਜੇ ਤਾਂ ਕਿ ਮੈਂ ਕਿਲ ਸਿਕਿਓਰ ਕਰ ਪਾਵਾਂ, ਤੇ ਬਹੁਤ ਹੀ ਸੋਹਣਾ ਪਲੇ ਉੱਥੇ ਮੌਫਲਿੰਗ ਦੇ, ਤੇ ਟੈਂਪਲਰ ਅਸੈਸਿਨ ਬੜੇ ਸਹੀ ਟਾਈਮ ਦੇ ਅੰਦਰ ਆਈ ਹੈ ਸਕੂਚੀ ਸਟੀਲ ਕਰਦੇ ਹੋਏ, ਤੇ ਇਹਨੇ ਆਪਣਾ ਅਲਟੀਮੇਟ ਯੂਜ਼ ਕਰ ਲਿਆ ਇਸ ਵੇਲੇ, ਪਰ ਇਹਦੇ ਕੋਲ ਫਿਰ ਵੀ ਹੈਲਥ ਜ਼ਿਆਦਾ ਨਹੀਂ ਹੈਗੀ, ਤੇ ਵੀਵਰ ਬਸ ਇੱਕ ਗਲਤੀ ਪੋਜੀਸ਼ਨ 'ਚ ਫੜਿਆ ਗਿਆ ਉੱਥੇ, ਤੇ ਵੀਵਰ ਦੀ ਹੁਣ ਉੱਥੇ ਜਾਨ ਨਿਕਲ ਗਈ ਪੂਰੀ। ਬਾਕੀ ਆਪਾਂ ਹੁਣ ਧਿਆਨ ਦਿੰਦੇ ਹਾਂ ਵਾਪਸ ਐਕਸਪੀਰੀਅੰਸ ਗੋਲਡ ਦਾ ਡਿਫਰੈਂਸ ਦਾ, ਤੁਸੀਂ ਗੋਲਡ ਦੇਖ ਸਕਦੇ ਹੋ ਕਿ ਪਿਛਲੀ ਵਾਰ ਅਸੀਂ 5,000 'ਤੇ ਸੀ, ਹੁਣ ਅਸੀਂ 10,000 'ਤੇ ਆ ਗਏ ਹਾਂ, ਅਤੇ ਇਹ ਲੀਡ ਜੋ EM ਨੇ ਸ਼ੁਰੂ ਕੀਤੀ ਇਸ ਗੇਮ 'ਤੇ ਉਹ ਲੈ ਕੇ ਹੀ ਅੱਗੇ ਹੀ ਅੱਗੇ ਵੱਧ ਰਹੇ ਨੇ, ਅਤੇ ਪਿੱਛੇ ਦੇਖਣ ਦਾ ਨਾਂ ਨਹੀਂ ਲੈ ਰਹੇ ਇਸ ਵੇਲੇ, ਅਤੇ ਐਕਸਪੀ ਅਰਨਡ 14,000 'ਤੇ ਬੈਠਾ ਇਸ ਵੇਲੇ, ਅਤੇ ਬਹੁਤ ਹੀ ਸੋਹਣਾ ਪਲੇ ਦੇਖ ਰਿਹਾ ਸਾਨੂੰ EM ਦਾ, ਅਤੇ ਇਹ ਟੈਂਪਲਰ ਅਸੈਸਿਨ ਬਹੁਤ ਸੋਹਣਾ ਖੇਡ ਰਹੀ ਹੈ। ਅਤੇ ਹੁਣ ਅਸੀਂ ਜਿਵੇਂ ਤੁਹਾਨੂੰ ਥੋੜ੍ਹੀ ਬ੍ਰੇਕ ਮਿਲੀ ਹੈ, ਮੈਂ ਦੇਖਣਾ ਚਾਹੁੰਦਾ ਇੱਥੇ ਮੌਫਲਿੰਗ ਦਾ ਕਿ ਉਹਨੇ ਕਿਵੇਂ ਕੀਤਾ ਹੈ, ਆਪਣਾ ਟੌਗਲ ਕਿਵੇਂ ਕੀਤਾ ਹੋਇਆ, ਅਤੇ ਤੁਸੀਂ ਦੇਖ ਸਕਦੇ ਹੋ ਵੀ ਉਹਨੇ 13,000 'ਤੇ ਉਹਦੀ ਉਹਨੇ ਆਪਣੀ ਹੈਲਥ ਰੱਖੀ ਹੋਈ ਹੈ ਇਸ ਵੇਲੇ, ਅਤੇ 700 ਦਾ ਮਨ ਹੈ, ਅਤੇ ਡੈਮੇਜ ਇੱਕ ਵਾਰੀ 119 ਕਰ ਰਹੇ ਨੇ ਪਲੱਸ 13, ਕਾਫੀ ਪਿੰਗਸ ਹੋ ਰਹੇ ਨੇ, ਅਤੇ ਇਹਨਾਂ ਨੂੰ ਇੱਕ ਅਬਜ਼ਰਵਰ ਅਵਾਰਡ ਲੱਭ ਗਿਆ ਇੱਥੇ, ਅਤੇ ਇਹ ਹੁਣ ਇਸ ਟਾਈਮ 'ਤੇ ਕੋਸ਼ਿਸ਼ ਕਰ ਸਕਦੇ ਨੇ ਨਿਸ਼ਾਨ ਲੈਣ ਦੀ, ਪਰ ਬਾਕੀ ਟੀਮ ਨੂੰ ਇਸ ਵੇਲੇ ਪਤਾ। ਤੁਸੀਂ ਦੇਖ ਸਕਦੇ ਹੋ ਕਿ ਵੀ ਰੁਸ਼ਾਨ ਦਾ ਆਰਮਰ ਰਿਡਿਊਸ ਹੋਇਆ ਪਿਆ, -8 ਹੋਇਆ ਪਿਆ, ਅਤੇ ਪੂਰੀ ਟੀਮ ਇਸ ਗੱਲ ਦਾ ਐਡਵਾਂਟੇਜ ਲੈ ਰਹੀ ਹੈ ਕਿ -8 ਆਰਮਰ ਰਿਡਕਸ਼ਨ ਵੀ ਬਹੁਤ ਬਹੁਤ ਵੱਡੀ ਗੱਲ ਹੈ, ਅਤੇ ਤੁਸੀਂ ਦੇਖ ਸਕਦੇ ਰੁਸ਼ਾਨ ਕਿੰਨੀ ਸਪੀਡਾਂ ਨਾਲ ਡੈਮੇਜ ਖਾ ਰਿਹਾ ਇਸ ਵੇਲੇ। ਦੋ ਸਪੋਰਟਸ ਬਾਹਰ ਖੜੇ ਨੇ ਦੇਖਣ ਲਈ, ਲੁੱਕਆਊਟ ਲਈ, ਅਤੇ ਤੁਸੀਂ ਦੇਖ ਸਕਦੇ ਹੋ ਜਕੀਰੋ ਨੇ ਬਹੁਤ ਸੋਹਣੀ ਚੀਜ਼ ਕੀਤੀ, ਅੰਦਰ ਜਾ ਕੇ ਮਾਣਾ ਵੰਡ ਕੇ ਆਇਆ ਤਾਂ ਕਿ ਇਹਦੇ ਟੀਮਮੇਟਸ ਕੋਲ ਮਾਣਾ ਫੁੱਲ ਰਹੇ, ਇਹਨੂੰ ਕਹਿੰਦੇ ਨੇ ਸਹੀ ਸਪੋਰਟ। ਅਤੇ ਹੁਣ ਇਸ ਵੇਲੇ ਟੈਂਪਲਰ ਅਸੈਸਿਨ ਪੂਰਾ ਆਪਣਾ ਸੈਟਅਪ ਕਰਨ ਦੀ ਪੂਰੀ ਤਿਆਰੀ 'ਚ ਹੈ, ਪਰ ਪੱਕ ਔਰ ਰੂਬਿਕ ਥੋੜ੍ਹਾ ਜਿਹਾ ਧਿਆਨ ਰੱਖ ਰਹੇ ਨੇ, ਥੋੜ੍ਹਾ ਪਿੱਛੇ ਰਹਿ ਰਹੇ ਨੇ, ਅਤੇ ਟੈਂਪਲਰ ਅਸੈਸਿਨ ਹੁਣ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਲੱਭ ਜੇ ਅਤੇ ਉਹਨੂੰ ਕੀ ਲੱਭਿਆ, ਸਿਰਫ ਟ੍ਰੇਨਸ ਲੱਭੇ ਨੇ, ਪਰ ਟ੍ਰੇਨਸ ਦੀ ਵੀ ਜਾਨ ਕੱਢ ਲਈ ਇਹਨੇ। ਦੂਜੇ ਪਾਸੇ ਟੀਮ ਤਿਆਰ ਹੈ ਪੂਰੀ,
ਇਹਦਾ ਕੀ ਕਹਿੰਦੇ ਆ ਲਿੰਗਨਸ ਫਿਰ ਬਣ ਚੱਲਿਆ ਪੂਰਾ, ਸਿਰਫ 900-800 ਰੁਪਏ ਹੋਰ ਚਾਹੀਦੇ ਨੇ ਤੇ ਇਹਦਾ ਲਿੰਕਨ ਫਿਰ ਕੰਪਲੀਟ ਹੋ ਜਾਏਗਾ। ਤੇ ਟੈਂਪਲਰ ਅਸੈਸਿਨ ਜੰਗਲ 'ਚ ਘੁੰਮ ਰਹੀ ਹੈ ਪੂਰੇ ਮਜ਼ੇ ਨਾਲ ਕਿਲ ਲੈਣ ਲਈ, ਤੇ ਇਹਨੂੰ ਕੀ ਮਿਲਿਆ? ਰੂਬਿਕ ਮਿਲਿਆ, ਰੂਬਿਕ ਸਕੁਚੀ ਕਰ ਸਕਦਾ ਆਰਾਮ ਨਾਲ, ਰੂਬੀ ਨੇ ਸਕੁਚੀ ਕਰਕੇ ਬਾਹਰ ਨਿਕਲ ਗਿਆ ਉਧਰੋਂ ਬੜੀ ਸਪੀਡਾਂ ਨਾਲ। ਤੇ ਜੇ ਧਿਆਨ ਦਿੱਤਾ ਜਾਏ ਕਿ ਏਜਸ ਆਫ ਇਮੋਰਟੈਲਿਟੀ ਹੈ ਟੈਂਪਲਰ ਅਸੈਸਿਨ ਕੋਲ, ਤਦੀ ਇਹਨੇ ਗੁੱਸੇ 'ਚ ਘੁੰਮ ਰਹੀ ਹੈ ਇਸ ਵੇਲੇ, ਉਹਦੇ ਕੋਲ ਆਪਸ਼ਨ ਹੈਗੀ ਹੈ ਗੁੱਸੇ ਦੀ। ਟੈਂਪਲਰ ਅਸੈਸਿਨ ਦਾ ਰੂਨ ਕੰਟਰੋਲ ਆਊਟ ਆਫ ਵਰਲਡ ਰਿਹਾ ਹੈ ਪੂਰੀ ਗੇਮ 'ਚ, ਅਤੇ ਹੁਣੇ ਵੀ ਪੂਰੇ ਗੁੱਸੇ 'ਚ ਇਹਨਾਂ ਨੇ ਆਪਣਾ ਕੀਤਾ, ਅਤੇ ਟੈਂਪਲਰ ਅਸੈਸਿਨ ਦੇ ਉੱਤੇ ਸਾਇਲੈਂਸ ਪੈ ਚੁੱਕਿਆ, ਅਤੇ ਟੈਂਪਲਰ ਅਸੈਸਿਨ ਦੀ ਪੂਰੀ ਟੀਮ ਹਾਵੀ ਹੋ ਗਈ ਹੈ। ਟੈਂਪਲਰ ਅਸੈਸਿਨ ਦੀ ਪੂਰੀ ਟੀਮ ਅਵੇਲੇਬਲ ਨਹੀਂ ਹੈਗੀ ਇੱਥੇ, ਅਤੇ ਨਾਲੇ ਹਾਵੀ ਫਿਰ ਤੋਂ ਹੋ ਸਕਦੇ ਨੇ, ਉਹਨੇ ਵਾਰਡ ਲਾਇਆ ਹੋਇਆ ਉੱਥੇ, ਪਰ ਉਹਨੇ ਡਿਸਾਈਡ ਕੀਤਾ ਵੀ ਆਪਾਂ ਦੂਰ ਹੀ ਰਹਿਣਾ ਇਹਦੇ ਤੋਂ, ਇਹ ਕ੍ਰੇਜ਼ੀ ਜਨਾਨੀ ਥੋੜ੍ਹੀ ਜਿਹੀ। ਅਤੇ ਇੱਥੇ ਇਹਨਾਂ ਨੇ ਸਪਰਾਊਟ ਕਰਕੇ ਟੀਪੀ ਕਰਨ ਦੀ ਪੂਰੀ ਕੋਸ਼ਿਸ਼, ਪੱਕ ਦੇ ਉੱਤੇ ਹੁਣ ਏਮ ਜਾਏਗਾ, ਪਰ ਪੱਕ ਬਹੁਤ ਡੈਮੇਜ ਖਾਂਦਾ। ਤੁਸੀਂ ਦੇਖਿਆ ਕਿ ਪੱਕ ਦਾ ਕਿੰਨੀ ਹੈਲਥ ਉੱਡ ਗਈ ਇੱਥੇ? ਓਹੋ ਹੋ ਹੋ, 400 ਤੋਂ ਵੱਧ ਹੈਲਥ ਡੈਮੇਜ ਹੋਈ ਉਹਦੀ। ਅਤੇ ਤੁਸੀਂ ਦੇਖ ਸਕਦੇ ਹੋ ਵੀ ਟੈਂਪਲਰ ਅਸੈਸਿਨ ਕੀ ਕੈਪੇਬਲ ਹੈਗੀ ਹੈ ਇਸ ਚੀਜ਼ 'ਤੇ। ਲਾਸਟ ਹਿਟਸ ਆਪਾਂ ਦੇਖੀਏ ਹੌਲੀ ਹੌਲੀ ਕਰਕੇ, ਟੈਂਪਲਰ ਅਸੈਸਿਨ ਲੀਡ ਲੈ ਚੁੱਕੀ ਲਾਸਟ ਹਿਟ 'ਤੇ, ਅਤੇ ਹੁਣ ਇਹ ਟਾਵਰ 'ਤੇ ਹਾਵੀ ਹੋ ਚੁੱਕੇ ਨੇ। ਇਹ ਟਾਵਰ ਦਾ ਕੋਈ ਚਾਂਸ ਨਹੀਂ ਹੈਗਾ। ਹੋਰ ਟਾਵਰ ਈ ਐਮ ਆਪਣੀ ਲੀਡ ਵਧਾਉਂਦੇ ਹੋਏ, ਹੁਣ ਈ ਐਮ ਥੋੜ੍ਹੇ ਪਿੰਗ ਕਰ ਰਿਹਾ, ਈ ਐਮ ਪਿੰਗ ਸੋਰੀ ਐਫ ਓ ਈ ਪਿੰਗ ਕਰ ਰਿਹਾ ਵੀਵਰ 'ਤੇ, ਚਾਹੁੰਦੇ ਨੇ ਕਿ ਵੀਵਰ ਦੀ ਕਿੱਲ ਲਈ ਅਸੀਂ, ਅਤੇ ਇਕੱਠੇ ਹੋ ਗਏ ਨੇ ਸਾਰੇ। ਅਤੇ ਵੀਵਰ ਕੋਲ ਅਲਟੀਮੇਟ ਹੈਗੀ ਆ ਅਲਟੀਮੇਟ, ਪਰ ਓਹ ਔਰਬ ਵੀ ਬਣ ਚੁੱਕਿਆ ਸੀ ਵੀਵਰ ਦਾ ਆਲਰੇਡੀ, ਲਿੰਕ ਸਫੇਅਰ ਬਣ ਚੁੱਕਿਆ ਸੀ ਸੋਰੀ। ਅਤੇ ਕੀ ਉਲਟੀ ਯੂਜ਼ ਕਰ ਪਾਏਗਾ? ਨਹੀਂ, ਉਹਨੂੰ ਟਾਈਮ ਹੀ ਨਹੀਂ ਦਿੱਤਾ, ਸਾਇਲੈਂਸ ਕਰਕੇ ਉਹਨਾਂ ਨੇ ਵੀਵਰ ਦੀ ਜਾਨ ਕੱਢ ਲਈ ਉੱਥੇ। ਅਤੇ ਇੱਥੇ ਟੀਮ ਇਸ ਚੀਜ਼ ਦੀ ਐਡਵਾਂਟੇਜ ਲੈ ਕੇ ਇਸ ਟਾਵਰ ਦੇ ਉੱਤੇ ਕਾਫੀ ਡੈਮੇਜ ਸਿੱਟ ਰਹੀ ਹੈ, ਬਹੁਤ ਹੀ ਸਪੀਡ ਨਾਲ ਇਹ ਟਾਵਰ ਡੈਮੇਜ ਲੈ ਰਿਹਾ ਹੈ ਇਸ ਵੇਲੇ, 700 ਡੈਮੇਜ। ਇੱਕ ਹੋਰ ਲਿੰਕਨ ਪੌਪ ਹੋਇਆ ਇੱਥੇ ਇਹਦੇ 'ਤੇ ਹੋਇਆ, ਹਾਂਜੀ। ਅਤੇ ਇਹ ਡੈਮੇਜ ਬਹੁਤ ਹੀ ਸਪੀਡ ਨਾਲ ਟਾਵਰ ਡੈਮੇਜ ਲੈਂਦਾ ਹੋਇਆ, ਬੜੀ ਸਪੀਡ ਨਾਲ ਥੱਲੇ ਗਿਆ। ਅਤੇ ਟੀਅਰ 2 ਟਾਵਰ ਸਾਰੇ ਦੇ ਸਾਰੇ ਇਸ ਵੇਲੇ ਗਾਇਬ ਹੋ ਚੁੱਕੇ ਨੇ। ਇਨਫੈਸਟੇਸ਼ਨ ਤੋਂ ਬਾਹਰ ਨਿਕਲਦੇ ਹੋਏ ਕਾਫੀ ਡੈਮੇਜ ਕਰ ਰਹੇ ਨੇ ਲਾਈਫ ਸਟੇਅਰ, ਜਗੀਰੋ ਨੇ ਆਪਣੀ ਅਲਟੀ ਮਾਰਤੀ ਹੈ, ਅਤੇ ਇਹ ਆਪਣੇ ਪੱਕ ਦੇ ਉਹਦੇ 'ਚ ਫਸੇ ਹੋਏ ਨੇ ਟੈਦਰ 'ਚ, ਸੋਰੀ ਕੋਇਲ 'ਚ। ਪੂਰੀ ਕੋਸ਼ਿਸ਼ ਪੱਕ ਨੂੰ ਮਾਰਨ ਦੀ, ਪੱਕ ਮਰ ਚੁੱਕਿਆ ਇਸ ਵੇਲੇ, ਰੂਬਿਕ ਵੀ ਮਰ ਚੁੱਕਿਆ ਹੈ। ਅਤੇ ਹੁਣ ਆਪਣਾ ਮੋਰਲਿੰਗ ਪੂਰੇ ਗੁੱਸੇ 'ਚ, ਡਾਗਰ ਸਾਇਰਨ ਦੇ ਪਿੱਛੇ ਗਏ ਨੇ, ਪਰ ਉਹਨਾਂ ਨੂੰ ਸਮਝ ਆ ਗਈ ਵੀ ਆਪਾਂ ਇੰਨਾ ਕੁਛ ਨਹੀਂ ਕਰ ਸਕਦੇ। ਲਿੰਗਨ ਸਫੇਅਰ ਦੋ ਟੀਮ ਦੇ ਦੋ ਮੈਂਬਰਾਂ ਦੇ ਉੱਤੇ ਲਿੰਗਨ ਸਫੇਅਰ ਬਣ ਚੁੱਕਿਆ ਹੈ ਇਸ ਵੇਲੇ, ਅਤੇ ਇਹਦਾ ਮਤਲਬ ਹੈ ਕਿ ਕਾਫੀ ਜੋ ਇਹਨਾਂ ਦੇ ਟਾਰਗੇਟਿਡ ਸਪੈਲਸ ਨੇ ਇਸ ਵੇਲੇ ਯੂਸਲੈਸ ਹੋ ਚੁੱਕੇ ਨੇ। ਅਤੇ ਐਸ ਫਾਰ ਐਸ ਸਪਰਾਊਟ, ਜੋ ਸਪਰਾਊਟ ਬਾਰੇ ਗੱਲ ਕਰੀਏ, ਤਾਂ ਸਪਰਾਊਟ ਤਾਂ ਠੀਕ ਹੈ, ਬਹੁਤ ਸੋਹਣਾ ਬਲਿੰਕ ਕੀਤਾ ਇੱਥੇ ਇਹਨਾਂ ਨੇ। ਅਤੇ ਇਹ ਟਾਵਰ ਦੀ ਹੈਲਥ ਵੀ ਬਹੁਤ ਮਾੜੀ ਰਹਿ ਗਈ ਹੈ, ਅਤੇ ਇਹ ਟਾਵਰ ਵੀ ਬੜੀ ਜਲਦੀ ਥੱਲੇ ਜਾਏਗਾ। ਸਾਊਂਡ ਆਫ ਸਾਇਰਨ ਪਲੇ ਕੀਤਾ, ਬਹੁਤ ਘੱਟ ਹੈਲਥ ਇੱਥੇ ਦੋ ਲੋਕਾਂ ਦੀ, ਅਤੇ ਇਹਨਾਂ ਨੇ ਕਿਲ ਦੀ ਪੂਰੀ ਓਪਰਚੁਨਿਟੀ ਹੈਗੀ, ਸਾਇਲੈਂਸ ਯੂਜ਼ ਕਰਤਾ, ਅਤੇ ਇਹਨਾਂ ਨੇ ਦੋਵੇਂ ਕੈਰੀ ਉਡਾ ਤੇ। ਵੀਵਰ ਇੱਧਰ ਵਿੱਚੋਂ ਭੱਜ ਕੇ ਨਿਕਲ ਪਾਇਆ, ਵੀਵਰ ਆਪਣੀ ਅਲਟੀ ਮਾਰ ਕੇ ਇੱਧਰੋਂ ਬਚ ਗਿਆ, ਅਤੇ ਇਹਨਾਂ ਨੇ ਮੋਫਲਿੰਗ ਅਤੇ ਟੈਂਪਲਰ ਅਸੈਸਿਨ ਦੋਵਾਂ ਦੀ ਜਾਨ ਲੈ ਲਈ। ਗੁੱਡ ਕਿਲ ਸੀ, ਗੁੱਡ ਡਿਫੈਂਸ, ਪਰ ਕਾਫੀ ਕਾਫੀ ਡੈਮੇਜ ਹੋ ਚੁੱਕਿਆ, ਤੁਸੀਂ ਦੇਖ ਸਕਦੇ ਹੋ ਡੈਮੇਜ, ਇਹ ਹੈ ਡੈਮੇਜ, ਇਹ ਹੈ ਡੈਮੇਜ, ਹਾਈ ਡੈਮੇਜ, ਇੱਥੇ ਵੀ ਡੈਮੇਜ। ਰੇਡੀਅੰਸ ਟੌਪ ਟਾਵਰ ਇਜ਼ ਅੰਡਰ ਅਟੈਕ, ਧਰਤੀ ਮਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸਟ੍ਰਕਚਰਸ ਆਰ ਫੋਰਟੀਫਾਈਡ, ਕਿ ਇਹ ਸਕਾਰ ਲੱਗੇ ਹੋਏ ਨੇ ਧਰਤੀ ਮਾਂ ਦੇ ਉੱਤੇ, ਕਿ ਵੀ ਇੱਥੇ ਡੈਮੇਜ ਹੋ ਚੁੱਕਿਆ। ਰੀਜਨਲ ਕੁਆਲੀਫਾਇਰ ਓਪਨ ਕੁਆਲੀਫਾਇਰਸ ਅਵੇਲੇਬਲ ਨੇ, ਥੈਂਕਸ ਟੂ ਅਨੂਪ, ਕਿ 18 ਅਕਤੂਬਰ ਤੱਕ ਰੀਜਨਲ ਕੁਆਲੀਫਾਇਰਸ ਓਪਨ ਨੇ। ਯਾਰ ਅਨੂਪ ਫਿਰ ਤੋਂ ਬੋਲ ਸਕਦੇ ਹੋ ਤੁਸੀਂ ਉਹ ਸਟੈਟ ਸੇਮ ਵਾਲਾ, ਇਫ ਪੋਸੀਬਲ। ਲਾਈਫ ਸਟੀਲ ਫਾਈਨਲੀ ਆਪਣੇ ਆਮਲੈਟ ਬਣਾ ਲਈਏ, 24 ਮਿੰਟ ਹੋ ਗਏ ਨੇ ਗੇਮ ਦੇ। ਆਪਾਂ ਆਈਟਮਸ ਵਾਲਾ ਟੈਬ ਖੋਲ੍ਹੀਏ, ਇਸ ਵੇਲੇ 2 ਲਿੰਗਨ ਸਫੇਅਰ ਨੇ ਇਹਦੇ ਟੀਮ 'ਚ, ਅਤੇ ਟੀ ਏ ਕੋਲ ਬੀ ਕੇ ਬੀ ਬਣ ਚੁੱਕਿਆ ਹੈ, ਹੁਣ ਇੱਕ ਸਾਂਝ ਵੀ ਲੈ ਕੇ ਬੈਠੇ ਹੋਏ ਨੇ, ਸੋਰੀ ਯਾਸ਼ਾ ਵੀ ਲੈ ਕੇ ਬੈਠੇ ਹੋਏ ਨੇ,
ਤੇ ਦੂਜੇ ਪਾਸੇ ਇਨੀਸ਼ੀਏਸ਼ਨ ਲਈ ਆ ਨਿਕਸ ਅਸੈਸਿਨ ਕੋਲ ਬਲਿੰਕ ਡੈਵਰ ਵੀ ਹੈਗਾ, ਬਲਿੰਕ ਡੈਗਰ ਤੇ ਮੈਕਨਿਜ਼ਮ ਜ਼ਖੀਰੋ ਨੇ ਬਣਾਇਆ ਹੋਇਆ। ਦੋ ਬੰਦਿਆਂ ਕੋਲ ਆਰਕੇਨ ਬੂਟਸ ਨੇ ਆਪਣੀ ਟੀਮ ਨੂੰ ਆਰਕੇਨ ਮਾਨਾ ਵੰਡਣ ਲਈ। ਦੂਜੇ ਪਾਸੇ ਆਪਣੀ ਐਫ ਓ ਈ ਦਾ ਧਿਆਨ ਰੱਖੀਏ, ਬਹੁਤ ਗਲਤ ਥਾਂ 'ਤੇ ਇਹਨਾਂ ਟੀ ਪੀ ਕੀਤਾ ਅਤੇ ਡੈਮੇਜ ਪੂਰਾ ਕਰ ਪਾਏ ਅਤੇ ਹੁਣ ਇਹ ਛੁੱਪ ਗਏ ਨੇ ਜਾ ਕੇ, ਇਹਨਾਂ ਵਿਚਾਰੇ ਨੂੰ ਵਾਪਸ ਟੀ ਪੀ ਕਰਨਾ ਪੈ ਰਿਹਾ। ਮਿਡ ਲੇਨ 'ਚ ਕਾਫੀ ਐਕਸ਼ਨ ਚੱਲ ਰਿਹਾ, ਆਪਣੀ ਆਈਟਮ ਉਹਨਾਂ 'ਤੇ ਵਾਪਸ ਆਵਾਂਗੇ ਬਾਅਦ। ਓਪਨ ਕੁਆਲੀਫਾਇਰ ਬੈਸਟ ਬੈਸਟ ਟੋਟਾ 2 ਲਾਸਟ ਡੇਟ 17 ਅਕਤੂਬਰ, ਅਤੇ 17 ਅਕਤੂਬਰ ਤੱਕ ਤੁਹਾਨੂੰ ਸਾਰਿਆਂ ਕੋਲ ਆਪਸ਼ਨ ਹੈਗੀ, ਤੁਸੀਂ ਓਪਨ ਕੁਆਲੀਫਾਇਰ 'ਤੇ ਸਾਈਨ ਅਪ ਕਰ ਸਕਦੇ ਹੋ। ਮੈਂ ਤਾਂ ਕਹੂੰਗਾ ਵੀ 17 ਅਕਤੂਬਰ ਤੱਕ ਵੇਟ ਨਾ ਕਰੋ, ਤੁਸੀਂ ਅੱਜ ਹੀ ਸਾਈਨ ਅਪ ਕਰੋ। ਲਿਮਿਟਿਡ ਸਲੋਟਸ ਨੇ ਉਹਦੇ 'ਚ, ਓਨਲੀ 100 ਸਲੋਟਸ ਨੇ ਉਹਦੇ 'ਚ, ਆਲਰੇਡੀ ਅੱਧੇ ਤੋਂ ਜ਼ਿਆਦਾ ਵੱਧ 60-70 ਸਲੋਟਸ ਆਲਰੇਡੀ ਟੇਕਨ ਹੋ ਚੁੱਕੇ ਨੇ। ਅਤੇ ਤੁਸੀਂ ਕਰੋ, ਆਓ ਸਾਈਨ ਅਪ ਕਰੋ। ਇੱਥੇ ਫਾਈਟ ਹੋ ਗਈ ਪੂਰਾ, ਬੜੀ ਸਪੀਡ ਨਾਲ ਨੈਕਸਟ ਅਸੈਸਿਨ ਦੀ ਮੌਤ ਹੋਈ ਹੈ। ਜਗੀਰੋ ਨੇ ਬਹੁਤ ਸੋਹਣਾ ਆਈਸਵਾਦ ਮਾਰਿਆ ਪੂਰੀ ਟੀਮ ਦੇ ਉੱਤੇ। ਨਾਗਾ ਸਾਰਿਆਂ ਦੀ ਹੈਲਥ ਕਾਫੀ ਘੱਟ ਗਈ ਹੈ, ਨਾਗਾ ਸਾਰਿਆਂ ਦੇ ਉੱਤੇ ਜਗੀਰੋ ਹਾਵੀ ਪੈ ਰਿਹਾ ਇਸ ਵੇਲੇ, ਨਾਗਾ ਸਾਰਿਆਂ ਭੱਜ ਰਹੀ ਹੈ। ਦੂਜੇ ਪਾਸੇ ਪੱਕ ਦੀ ਡੈਥ ਹੋਈ ਨੇ, ਬਾਏ ਬੈਕ ਕੀਤਾ, ਲਾਈਫ ਸਟਿਲ ਆਪਣੀ ਜਾਨ ਨੂੰ ਭੱਜ ਰਿਹਾ। ਰੂਬਿਕ ਮਰ ਗਿਆ, ਵੀਵਰ ਕੋਸ਼ਿਸ਼ ਪੂਰੀ ਕੁਛ ਕਰਨ ਦੀ, ਟੈਂਪਲਰ ਸਾਹਿਬ ਬਹੁਤ ਸਹੀ ਟਾਈਮ 'ਤੇ ਆਈ ਇੱਥੇ, ਬਹੁਤ ਜ਼ਿਆਦਾ ਡੈਮੇਜ ਦਿੱਤਾ ਉਹਨੇ, ਡਬਲ ਕਿਲ ਲੈ ਲਈ ਇੱਥੇ ਨਾਗਾ ਸਾਇਰਨ ਅਤੇ ਪੱਕ ਨੂੰ ਮਾਰ ਕੇ, ਅਤੇ ਹੁਣ ਉਹ ਕਰੀਬ 'ਤੇ ਹਾਵੀ ਪੈ ਰਹੀ ਹੈ। ਜੇ ਤੁਸੀਂ ਭੁੱਲ ਧਿਆਨ ਦਿੱਤਾ ਹੋਇਆ, ਇੱਥੇ ਇੱਕ ਟਾਵਰ ਵੀ ਡਿਨਾਏ ਕੀਤਾ ਇਹਨਾਂ ਨੇ, ਅਤੇ ਬਹੁਤ ਹੀ ਸੋਹਣਾ ਗੇਮ ਪਲੇ ਦੇਖਣ ਨੂੰ ਮਿਲ ਰਿਹਾ। ਟੀਮ EM ਬਹੁਤ ਹੀ ਸੋਹਣਾ ਖੇਡ ਰਹੀ ਹੈ। ਅਤੇ ਜਿਵੇਂ ਮੈਂ ਗੱਲ ਕਰ ਰਿਹਾ ਸੀ ਓਪਨ ਕੁਆਲੀਫਾਇਰਸ ਦੀ, ਇਹ ਜੋ ਹੁਣ ਅਸੀਂ ਦੇਖ ਰਹੇ ਹਾਂ ਇਸ ਵੇਲੇ, ਇਹ ਜ਼ੋਨ ਕੁਆਲੀਫਾਇਰ ਨੇ, ਨੌਰਥ, ਸਾਊਥ, ਈਸਟ, ਵੈਸਟ। ਇਹ ਵੈਸਟ ਦਾ, ਅਤੇ ਵੈਸਟ ਜ਼ੋਨ ਕੁਆਲੀਫਾਇਰ ਬੇਸਿਕਲੀ ਅਸੀਂ ਪ੍ਰਮੋਟ ਕਰਦੇ ਹਾਂ ਵੀ ਇੱਕ ਜ਼ੋਨ 'ਚੋਂ ਇੱਕ ਟੀਮ ਆਏ, ਜਿਵੇਂ ਈਸਟ ਤੋਂ ਇੱਕ ਟੀਮ ਆਏ, ਨੌਰਥ ਤੋਂ ਇੱਕ ਟੀਮ ਆਏ, ਅਤੇ ਇਹ ਪ੍ਰਮੋਟ ਕਰਨ ਦੇ ਨਾਲ ਸਾਨੂੰ ਕੀ ਹੁੰਦਾ ਕਿ ਅਸੀਂ ਡੋਟਾ ਇੰਡੀਆ ਦੇ ਹਰ ਇੱਕ ਕੋਨੇ 'ਚੋਂ ਅਸੀਂ ਪਲੇਅਰਸ ਕੱਟ ਰਹੇ ਹਾਂ। ਅਤੇ ਜੋ ਔਨਲਾਈਨ ਕੁਆਲੀਫਾਇਰਸ ਨੇ ਉਹ ਹਰ ਇੱਕ ਟੀਮ ਵਾਸਤੇ ਓਪਨ ਨੇ, ਹੋਰ ਕੋਈ ਵੀ ਆ ਕੇ ਖੇਡ ਸਕਦਾ ਉਹਨਾਂ 'ਚ। ਅਤੇ ਤੁਸੀਂ ਆਓ, ਖੇਡੋ, ਰਿਪ੍ਰਜੈਂਟ ਕਰੋ ਆਪਣੀ ਟੀਮ ਨੂੰ, ਅਤੇ ਨਾਲੇ ਜਿੱਤ ਕੇ ਤੁਸੀਂ ਇੰਡੀਆ ਨੂੰ ਰਿਪ੍ਰਜੈਂਟ ਕਰੋ ਮਲੇਸ਼ੀਆ 'ਚ, ਸੋਰੀ ਸਿੰਗਾਪੁਰ 'ਚ, ACG ਦੇ ਫਾਈਨਲ 'ਚ। ਟੀਮ ਨੂੰ ਸਪੋਂਸਰਡ ਟ੍ਰਿਪ ਮਿਲੇਗਾ ACG 'ਚ, ਅਤੇ ਪ੍ਰੋਪਰ ਉੱਥੇ ਟੀਮ ਤੁਹਾਨੂੰ ਪ੍ਰੋਪਰ ਤੁਸੀਂ ਇੰਡੀਆ ਨੂੰ ਰਿਪ੍ਰਜੈਂਟ ਕਰੋਗੇ, ਅਤੇ ਇੱਕ ਬਹੁਤ ਹੀ ਚੰਗੀ ਓਪਰਚੁਨਿਟੀ ਹੈ, ਉਹਨੂੰ ਤੁਸੀਂ ਆਪਣਾ ਯੂਜ਼ ਕਰ ਸਕਦੇ ਹੋ ਇੱਕ ਓਪਰਚੁਨਿਟੀ ਨੂੰ ਇਹੋ ਜਿਹੀ। ਰੂਬੀ ਕੋਲ ਇਸ ਵੇਲੇ ਸਪਾਈਕ ਕਰ ਪੇਸ ਹੈਗਾ, ਕੋਸ਼ਿਸ਼ ਪੂਰੀ, ਮੀਲਿਕਸ ਬੈਰਕਸ ਦੇ ਉੱਤੇ ਧਿਆਨ ਪੂਰਾ ਹੈ। ਅਤੇ ਮੋਫਲਿੰਗ ਦਾ ਤੁਸੀਂ ਦੇਖੋ, ਇਹ ਐਥਰਲ ਬਲੇਡ ਵੀ ਬਣ ਚੁੱਕਿਆ ਇਸ ਵੇਲੇ, ਅਤੇ ਇਹਨੂੰ ਸ਼ਾਰਟਗਨ ਮੋਫਲਿੰਗ ਕਹਿੰਦੇ ਨੇ, ਅਤੇ ਮੋਫਲਿੰਗ ਬਹੁਤ ਜ਼ਿਆਦਾ ਡੈਮੇਜ ਕਰ ਸਕਦਾ ਇਸ ਫੋਰਮ 'ਚ, ਅਤੇ ਐਥਰਲ ਬਲੇਡ ਕਰਕੇ ਨਾਲੇ ਵੇਵ ਫੋਰਮ ਦਾ ਮੈਜੀਕਲ ਟਾਰਗੇਟ ਕਰਕੇ ਡੈਮੇਜ, ਕਿਉਂਕਿ ਵੇਵ ਫੋਰਮ ਇਸ ਲੈਵਲ ਤੁਸੀਂ ਦੇਖ ਸਕਦੇ ਹੋ ਕਿ 325 ਡੈਮੇਜ ਕਰਦੀ ਹੈ, ਨਾਲੇ ਐਥਰਲ ਡੈਮੇਜ ਜੋ ਤੁਹਾਨੂੰ ਕਰਦੀ ਹੈ ਉਹ, ਨਾਲੇ ਜੋ ਐਥਰਲ ਦਾ ਕਿਆ ਉਹਨਾਂ ਨੇ ਯੂਜ਼ ਕੀਤੀ ਆਪਣੀ ਅਲਟੀ ਦਾ ਇਸਤੇਮਾਲ ਕਰਦੇ, ਐਥਰਲ ਡੈਮੇਜ ਵੀ ਤੁਹਾਡਾ ਵਧਾਉਂਦੀ ਹੈ, ਨਾਲੇ ਤੁਹਾਨੂੰ ਉਹਨੂੰ 2 ਟਾਈਮਸ ਤੁਹਾਡਾ ਮੇਨ ਐਟਰੀਬਿਊਟ ਦਾ ਡੈਮੇਜ ਵੀ ਕਰਦੀ। ਤੁਸੀਂ ਜਾ ਕੇ ਬਸ ਕਲਿੱਕ ਕਰੋ, ਫਿਰ ਥੈਡ ਕਰਕੇ ਇੰਨਾ ਡੈਮੇਜ ਹੁੰਦਾ ਹੈ ਕਿ ਬੰਦਾ ਨਾਲ ਦੀ ਨਾ ਮਰ ਜਾਂਦਾ। ਤੁਸੀਂ ਦੇਖਿਆ ਹੋਏ ਰੂਬਿਕ ਬੜੇ ਬਹੁਤ ਜ਼ਿਆਦਾ ਇੱਥੇ ਓਨੇਜ ਹੋ ਰਹੀ ਹੈ, ਤੁਸੀਂ ਦੇਖ ਸਕਦੇ ਹੋ ਕਿ ਵੀ ਉਹਨੇ ਰੂਬਿਕ ਦੇ ਉੱਤੇ ਆਪਣਾ ਸ਼ਾਰਟਗਨ ਵਾਲਾ ਮਾਰਿਆ, ਅਤੇ ਰੂਬਿਕ ਨਾਲ ਦੀ ਨਾਲ ਢੇਰ ਹੋ ਗਿਆ ਉੱਥੇ। ਮੈਨੂੰ ਲੱਗ ਰਿਹਾ ਹੁਣ ਗੇਮ ਖਤਮ ਹੋ ਗਈ ਹੈ ਕਾਫੀ ਹੱਦ ਤੱਕ, ਉਹਨਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਹਣਾ ਉਹਨੂੰ ਐਕਸਲਰੇਟ ਕੀਤਾ, ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਕਿੰਨਾ ਡੈਮੇਜ ਕੀਤਾ। ਇਹ ਪੂਰਾ ਥੈਂਕਸ ਟੂ ਐਥਰ ਬਲੇਡ ਹੈ, ਐਥਰ ਬਲੇਡ ਬਹੁਤ ਜ਼ਿਆਦਾ ਡੈਮੇਜ ਕਰਦਾ ਹੈ ਇੱਥੇ, ਲਾਈਫ ਸਟੀਲ ਪੂਰਾ ਡੈਮੇਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਇਹਨਾਂ ਦੇ ਨੋਟ ਇਨਫ ਹੈ, ਅਤੇ ਉਹਨਾਂ ਦੀ ਲਾਈਫ ਸਟੀਲ ਦੀ ਡੈਥ ਹੋ ਗਈ ਸੀ ਇਹਨਾਂ ਨੇ। ਡਬਲ ਕਿਲ ਮਿਲ ਗਈ ਵੀ ਸੋਰੀ ਮੋਰਫਲਿੰਗ ਨੂੰ, ਅਤੇ GG ਆ ਗਿਆ ਹੈ ਟੀਮ FOE ਤੋਂ, ਅਤੇ ਹੁਣ ਇਹ ਗੇਮ ਖਤਮ ਹੋਣ ਵਾਲੀ ਹੈ। ਬਹੁਤ ਹੀ ਸੋਹਣਾ ਪਲੇ ਬਾਏ ਈਵਲ ਮਾਈਂਡ, ਇਸੀ ਬਹਾਨੇ ਸਾਨੂੰ ਦੇਖਣ ਨੂੰ ਮਿਲਿਆ ਕਿ ਮੋਫਲਿੰਗ ਦਾ ਸ਼ਾਰਟਗਨ ਬਿਲਡ, ਅਤੇ ਬਹੁਤ ਚੰਗਾ ਗੇਮ। MVP ਆਫ ਦ ਗੇਮ ਮੈਂ ਅਵਾਰਡ ਦੇਣਾ ਚਾਹੂੰਗਾ ਟੈਂਪਲਰ ਅਸੈਸਿਨ ਨੂੰ, ਬਹੁਤ ਸੋਹਣਾ ਗੇਮ ਉਹਨਾਂ ਨੇ ਖੇਡਿਆ ਮਿਡ 'ਚ, ਬਹੁਤ ਸੋਹਣਾ ਰੂਨ ਕੰਟਰੋਲ ਸੀ ਉਹਨਾਂ ਕੋਲ।
ਤੇ ਕਾਫੀ ਉਹਨਾਂ ਨੇ ਪੱਕ ਨੂੰ ਤੰਗ ਕੀਤਾ, ਪੱਕ ਦੀ ਬਹੁਤ ਉਹਨਾਂ ਨੇ ਡੈਥ ਕਹੀ। ਤੇ ਜੋ ਇਹ ਸਾਰੀ ਅਵਾਰਡਸ ਨੇ, ਸਾਰੀ ਵੀਡੀਓਜ਼ ਨੇ, ਉਹ ਅਵੇਲੇਬਲ ਹੋਣਗੀਆਂ youtube.com/lordnotcasting 'ਤੇ, ਤੁਸੀਂ ਚੈੱਕਆਊਟ ਕਰ ਸਕਦੇ ਹੋ ਬਾਅਦ 'ਚ, ਜਾਂ ਆਪਣੇ ਦੋਸਤਾਂ ਨੂੰ ਦਿਖਾ ਸਕਦੇ ਹੋ। ਅਤੇ ਜੇ ਤੁਹਾਨੂੰ ਮੇਰੀ ਕਾਸਟ ਪਸੰਦ ਆਈ ਤਾਂ ਮੇਕ ਸ਼ੋਰ ਤੁਸੀਂ ਆਪਣਾ ਕਮੈਂਟ ਸੈਕਸ਼ਨ ਦੱਸੋ, ਆਪਣਾ ਸਟ੍ਰੀਮ ਚੈਟ ਦੱਸੋ, ਅਤੇ ਆਪਾਂ ਮਿਲਦੇ ਹਾਂ ਫਿਰ ਨੈਕਸਟ ਟਾਈਮ, ਨੈਕਸਟ ਗੇਮ ਜਦੋਂ ਹੋਏਗੀ। ਹੁਣ ਮੈਨੂੰ ਤੁਸੀਂ ਦੇਖ ਸਕਦੇ ਹੋ ਕਿ EM ਨੇ ਆਲਰੇਡੀ ਇੱਕ ਗੇਮ ਜਿੱਤੀ ਹੋਈ ਸੀ, ਇਹ ਸੈਕਿੰਡ ਗੇਮ ਸੀ EM ਦੀ, ਅਤੇ EM ਵੀ 2-0 ਨਾਲ ਇਹ ਗੇਮ ਜਿੱਤ ਚੁੱਕਿਆ ਹੈ, ਅਤੇ FOE ਇਸ ਟੂਰਨਾਮੈਂਟ 'ਚ ਬਾਹਰ ਹੋ ਚੁੱਕੀ ਹੈ। FOE ਦੋ ਕੋਲ ਆਪਸ਼ਨ ਹੈਗੀ ਹੈ ਕਿ ਔਨਲਾਈਨ ਕੁਆਲੀਫਾਇਰ 'ਚ ਹੁਣੇ ਵੀ ਪਾਰਟੀਸਪੇਟ ਕਰ ਸਕਦੇ ਨੇ। ਅਤੇ ਗਾਈਜ਼, ਮੈਂ ਫਿਰ ਤੋਂ ਕਹਿਣਾ ਚਾਹੂੰਗਾ, ਜੇ ਤੁਸੀਂ ਨਹੀਂ ਪਾਰਟੀਸਪੇਟ ਕੀਤਾ ਇਸ ਟੂਰਨਾਮੈਂਟ, ਪਲੀਜ਼ ਪਾਰਟੀਸਪੇਟ ਕਰੋ, ਆਪਣੀ ਟੀਮ ਲੈ ਕੇ ਔਨਲਾਈਨ ਕੁਆਲੀਫਾਇਰ 'ਚ ਰੈਪ੍ਰਜੈਂਟ ਕਰੋ, ਅਤੇ ਚਾਂਸ ਤੁਹਾਨੂੰ ਮਿਲੇਗਾ ਇੰਡੀਆ ਨੂੰ ਰੈਪ੍ਰਜੈਂਟ ਕਰਨ ਦਾ, ਨਾਲੇ ਤੁਹਾਨੂੰ ਚਾਂਸ ਮਿਲੇਗਾ ਇੰਡੀਆ ਦੀ ਬੈਸਟ ਟੀਮਸ ਨਾਲ ਖੇਡਣ ਦਾ। ਅਤੇ ਈਵਨ ਜੇ ਤੁਸੀਂ ਆਪਣਾ ਆਪਣਾ ਲੋਕਲ ਆਫਲਾਈਨ ਕੁਆਲੀਫਾਇਰਸ ਤੱਕ ਪਹੁੰਚ ਜਾਓ ਟੋਪ 8 ਟੀਮਸ, ਉੱਥੇ ਵੀ ਤੁਹਾਨੂੰ ਇੱਕ ਬਹੁਤ ਵੱਡੀ ਓਪਰਚੁਨਿਟੀ ਹੈ ਵੀ ਟੂ ਲਰਨ ਫਰੋਮ ਦਾ ਬੈਸਟ ਆਫ ਦਾ ਬੈਸਟ। ਠੀਕ ਹੈ, ਅਤੇ ਥੈਂਕ ਯੂ ਸੋ ਮੱਚ, ਐਂਡ ਫਿਰ ਆਪਾਂ ਮਿਲਦੇ ਹਾਂ, ਕੱਲ੍ਹ ਮਿਲਦੇ ਹਾਂ ਜੀ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਅਤੇ ਜਾਣ ਤੋਂ ਪਹਿਲਾਂ ਆਪਾਂ ਇੱਕ ਸੋਹਣਾ ਜਿਹਾ ਗਾਣਾ ਸੁਣਦੇ ਹਾਂ।